शिमारू के नए वीडियोस के लिए सब्सक्राइब कीजिए और बेल आइकन को दबाना न भूलें। सदमस्त कलंदर सोचा विच रहे पतंदर पार होवे जा अंदर मादा धर्मिंदर कलाकारी दे ख्यालां दे विच हरदम डुबिया रहिंदा फिल्मी सीन बनाउंदा रहिंदा घर विच उठदा बहिंदा कमकार नूं हथ नी लाउंदा कमकार नूं हथ नी लाउंदा बनिया रहे सिकंदर मादा धर्मिंदर रहिंदा सदमस्त कलंदर सोचा विच रहे पतंदर बार होवे जा अंदर मादा धर्मिंदर करदे ए तो दुखी बड़े ते लोग छेड़ दे रहिंदे बसों बारे हो जांदा जद फिल्मी दौरे पैंदे करदे छेड़ते रहिंदे बसों बारे हो जांदा जद फिल्मी दौरे पैंदे उदों घूमदा विच बंबे दे उदों घूमदा विच बंबे दे पावे होवे जलंधर मादा धर्मिंदर रहिंदा सदमस्त कलंदर सोचा विच रहे पतंदर बार होवे जा अंदर मादा धर्मिंदर उस तड़के तड़के किधर नहीं चले हैं किधर पूछ चक लिया ये अपनी मौत को किसने पुकारा है तेरे प्यो ने पुकारा तेरे प्यो ने हम अपनी रियासत के राजकुमार हैं और राजकुमार कभी पट्ठे वट्ठे नहीं डाला करते क्योंकि हमारे पट्ठे वैसे ही बहुत मजबूत हैं। अरे मैनू पता तेरे पट्ठे किन्ने के मजबूत आ ए अतरो अतर में जदी आज तो फिर पै गए फिल्मी दौरा लड़जूगा कुछ ना कुछ मां इस बूढ़े ने मुझे धर्मेंद्र की कहा है यानी तुम्हारा टांका धर्मेंद्र उस्ताद जी से जोड़ दिया है मैं इस बूढ़े का खून पी जाऊंगा मैं तेन प्योरा दुख सोटा बेबे मैनू की हो गया सी बेबे तेन फिर फिल्मी दौरा पै गया सी फिल्मी दौरा
ਬਾਪੂ ਤੂੰ ਕਾਹਤੋਂ ਕੁੱਟਦਾ ਮੈਨੂੰ? ਓਏ ਮੈਂ ਤੈਨੂੰ ਥੋੜਾ ਕੁੱਟਣ ਡਿਆ ਸੀ, ਉਹ ਧਰਮਿੰਦਰ ਮੇਰੇ ਨਾਲ ਉੱਚਾ ਨੀਵਾਂ ਬੋਲਿਆ, ਇਹ ਤੇ ਉਹਦੇ ਪੈਣ ਡੀਆਂ ਸੀ। ਪੁੱਤੋ ਤੈਨੂੰ ਕਿੰਨੇ ਵਾਰ ਸਮਝਾਇਆ, ਛੱਡ ਦੇ ਇਸ ਕਲਾਕਾਰੀ ਦਾ ਖੇੜਾ, ਕੁਛ ਨੀ ਪਿਆ ਇਹਦੇ ਵਿੱਚ ਕੱਢਣ ਪਾਉਣ ਨੂੰ, ਬਸ ਧੱਕੇ ਆ। ਬਾਪੂ ਥੋਡੀ ਤੇ ਮੇਰੀ ਸੋਚ, ਅਗੇ ਬਾਪੂ ਕਹਿੰਦਾ ਇਹ ਮਰਾਸੀਆਂ ਦਾ ਕੰਮ ਹੈ ਕਲਾਕਾਰੀ। ਆ ਬਾਪੂ ਇਹ ਕਲਾਕਾਰੀ ਹੈ, ਇਹ ਤਾਂ ਮਹਿਲਾਂ ਚ ਵੀ ਪਣਪ ਸਕਦੀ ਹੈ ਤੇ ਝੁੱਗੀਆਂ ਵਿੱਚ ਵੀ। ਇਹਨੂੰ ਸਮਝਾ ਬਾਪੂ ਨੂੰ ਵੀ ਇਹ ਤਾਂ ਕੰਮ ਹੀ ਜੱਟਾਂ ਦੇ ਮੁੰਡੇ ਕਰਨ ਲੱਗ ਪਏ। ਆਹ ਦੇਖ ਲੈ ਹੁਣ ਭਗਵੰਤ ਮਾਨ, ਗੁਰਦਾਸ ਮਾਨ, ਹਰਭਜਨ ਮਾਨ, ਗੁੱਗੂ ਗਿੱਲ, ਇਹ ਸਾਰੇ ਜੱਟਾਂ ਦੇ ਮੁੰਡੇ ਹੀ ਹੈ, ਮਰਾਸੀ ਦਾ ਕੰਮ ਹੀ ਛੱਡ ਗਏ। ਮਰਾਸੀ ਕਾਹਤੋਂ ਕੰਮ ਛੱਡ ਗਏ ਪੁੱਤ? ਉਹ ਬੇਬੇ ਪੈਸਾ ਹੀ ਅਮੀਰਾਂ ਦੇ ਮੁੰਡੇ ਕੁੜੀਆਂ ਕੋਲੇ ਰਹਿ ਗਿਆ, ਗਰੀਬਾਂ ਕੋਲੇ ਪੈਸਾ ਹੀ ਹੈ ਨੀ। ਇਹ ਤਾਂ ਹੁਣ ਜਿਹੜੀ ਅੱਜ ਕੱਲ੍ਹ ਦੀ ਕਲਾਕਾਰੀ ਦੀ ਪੇਸ਼ਕਾਰੀ ਹੈ ਨਾ ਬੇਬੇ, ਇਹ ਤਾਂ ਪੈਸਾ ਫੈਂਕ ਤਮਾਸ਼ਾ ਦੇਖ ਵਾਲੀ ਗੱਲ ਹੈ। ਇਹ ਪੈਸਾ ਫੈਂਕ ਤਮਾਸ਼ਾ ਦੇਖ ਵਾਲੀ ਗੱਲ ਮੇਰੀ ਸਮਝ 'ਚ ਨਹੀਂ ਆਈ। ਓ ਬੇਬੇ ਸਿੱਧੀ ਜੀ ਗੱਲ ਹੈ, ਬਈ ਦੇਖ ਹੁਣ ਮੈਂ ਜੇ ਕਰਾਵਾਂ ਕੈਸਟ, ਕਰਾਵਾਂ ਕੀ ਕਰਾਊਂਗਾ ਜੀ, ਤੇ ਫਿਰ 2 ਕਿੱਲੇ ਰੱਖੂੰਗਾ ਗਹਿਣੇ, ਤੇ ਉਹ ਕੈਸਟ ਤੇ ਜਿਹੜੀ ਫਿਲਮ ਬਣਨੀ ਉਹ ਫੇਰ ਹੀ ਬਣੂਗੀ। ਖਬਰਦਾਰ, ਤੇ ਜ਼ਮੀਰ ਗਹਿਣੇ ਰੱਖਣ ਦੀ ਗੱਲ ਕੀਤੀ ਤੇ ਤੁਹਾਨੂੰ ਦੋਵਾਂ ਮਾਂ ਪੁੱਤਾਂ ਨੂੰ ਮੈਂ ਗਹਿਣੇ ਰੱਖੂੰਗਾ ਹੈ। ਬੇਬੇ ਆ ਭਾਈ ਮਾਰਦਾ ਹੈ, ਨਾਲੇ ਤੈਨੂੰ ਗਹਿਣੇ ਰੱਖਣ ਨੂੰ ਫਿਰਦਾ। ਤੇ ਗੱਲ ਸੁਣ, ਇਹਨੇ ਗੱਲ ਹੀ ਕਰੀ ਹੈ, ਕੋਈ ਜ਼ਮੀਨ ਦੇ ਕਾਗਜ਼ਾਂ ਤੇ ਬੂਠਾ ਤਾਂ ਨਹੀਂ ਲਵਾਉਂਦਾ? ਬੂਠਾ ਦਿਲ ਵਾਲੀ ਵਹੀ ਤੇ ਲਵਾ ਲੈ, ਸਾਡਾ ਹੋ ਜਾ ਸਾਨੂੰ ਆਪਣਾ ਬਣਾ ਲੈ। ਤੇਰੀ ਆ ਮੈਂ ਤਾਂ ਤੇਰੀ ਆ, ਤੇਰੀ ਆ ਮੈਂ ਤਾਂ ਤੇਰੀ ਆ, ਤੇਰੀ ਆ ਮੈਂ ਤਾਂ ਤੇਰੀ ਆ, ਤੇਰੀ ਆ ਤੇਰੀ ਆ। ਤੁਸੀਂ ਮੇਰੇ ਨਾਲ ਐਵੇਂ ਮਸ਼ਕਰੀਆਂ ਕਰੀ ਜਾਊਂਗੀਆਂ? ਆ ਜਾ ਬਹਿ ਜਾ, ਤੂੰ ਵੀ ਬਹਿ, ਆ ਲੈ ਬਹਿ ਗਈ। ਆਪਣੇ ਕੋਈ ਆਂਢ ਗੁਆਂਢ ਦਾ ਸੁੱਖ ਸੁਨੇਹਾ ਤਾਂ ਦੱਸ। ਆਂਢ ਗੁਆਂਢ ਜਮਾ ਐਨ ਸੁੱਖ ਸਾਂਦ ਰਾਜੀ ਬਾਜੀ। ਸੁੱਖ ਸਾਂਦ ਰਾਜੀ ਬਾਜੀ? ਨੀ ਇਹਨੇ ਆਂਢ ਗੁਆਂਢ ਤੋਂ ਕੀ ਲੈਣਾ ਹੈ, ਇਹਨੂੰ ਤਾਂ ਇਹਦੇ ਧਰਮਿੰਦਰ ਦਾ ਹਾਲ ਦੱਸ। ਧਰਮਿੰਦਰ ਦਾ ਹਾਲ? ਨੀ ਉਹਦੇ ਤਾਂ ਵਿਚਾਰੇ ਦੇ ਅੱਜ ਫੇਰ ਛਿੱਤਰ ਪਰੇਡ ਹੋ ਗਈ। ਛਿੱਤਰ ਪਰੇਡ? ਉਹ ਕਿਉਂ? ਨੀ ਉਹਨੂੰ ਅੱਜ ਫੇਰ ਫਿਲਮੀ ਦੌਰਾ ਪੈ ਗਿਆ। ਦੌਰਾ? ਉਤ ਕਿਨੂੰ ਪੈ ਗਿਆ ਦੌਰਾ? ਦੌਰਾ ਤੂੰ ਤੇਰੇ ਨੂੰ ਪੈ ਗਿਆ ਸੀ ਮਾਮਾ ਜੀ। ਮੈਨੂੰ ਲੱਗਦਾ ਬਾਪੂ ਕੁੱਤਾ ਵਿਆਹ ਹੋਊਗਾ ਤਾਂ ਹੀ ਦੌਰਾ ਪੈ ਗਿਆ। ਤੂੰ ਕੁੱਤੇ ਦੀ ਬਰਾਤ ਜਾ ਕੇ ਜਦੋਂ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਤੇ ਮੈਂ ਐਵੇਂ ਤੁਰਿਆ ਫਿਰਾਂ? ਤੁਰ ਫਿਰੇ ਉਹ, ਚਲੋ। ਬਾਲ ਬਾਲ ਬਚ ਗਈ ਨੀ? ਦੱਸ ਫਿਰ, ਦੇਣਾ ਕੋਈ ਸੁੱਖ ਸੁਨੇਹਾ ਆਪਦੇ ਰਾਂਝੇ ਨੂੰ? ਨੀ ਕਾਹਦਾ ਸੁਨੇਹਾ, ਪਤਾ ਨੀ ਉਹ ਕਦੋਂ ਖੇੜਾ ਛੱਡੂਗਾ ਆਪਦੀ ਕਲਾਕਾਰੀ ਦਾ। ਹੋਰ ਨੀ ਕੋਈ ਖੇਤੀਬਾੜੀ ਸੰਭਾਲ ਲੈ। ਹਾਂ ਤਾਂ ਹੀ ਤਾਂ ਮੇਰਾ ਮਾਮਾ ਮੇਰਾ ਹੱਥ ਉਹਦੇ ਹੱਥ 'ਚ ਦਊਗਾ। ਇਹ ਹੱਥ ਨਹੀਂ ਹਥੌੜਾ ਹੈ, ਹਥੌੜਾ। ਔਰ ਜਬ ਪੜਤਾ ਹੈ ਨਾ ਤੋ ਪੂਰਾ 50 ਕਿਲੋ ਕੇ ਵਜਨ ਸੇ ਪੜਤਾ ਹੈ। ਘੂਰਤਾ ਹੈ ਹਮਸੇ ਪੰਗਾ, ਅਭੀ ਬਤਾਤਾ ਹੂੰ, ਅਭੀ ਬਤਾਤਾ ਹੂੰ। ਅਬ ਦੇਖ ਮੇਰੇ ਹੱਥ ਕਾ ਕਮਾਲ। अभी चुकाता हूँ मजा, अभी मेरा बायां हाथ सलामत है। हाँ ये देख मेरे बाएं हाथ का कमाल। हाँ अभी अभी मेरा सिर सलामत है, सिर सलामत है। ਵੇਖ ਲੱਗਦਾ ਨੀ ਛੱਤ ਡੇਗਦੀ ਆ। ਛੱਤ ਡੇਗਣ ਨੂੰ ਕੋਈ ਆਪਣਾ ਬੁਲਡੋਜ਼ਰ ਤਾਂ ਨਹੀਂ ਬੈਠਾ? ਚੱਲ ਆਪਾਂ ਵੇਖੀਏ ਕੀ ਕਰਦਾ। ਚੱਲ ਰੋਕਣਾ ਰੋਕ
ओ चाची आ कोई चोर फड़िया? मैं चोर नहीं, मैं थोड़ा यार है, सरपंच यार है। सरवणिया फिर मूह पतीले वर्गा का तो होया प्या पतीले जे कहे तो लटान डे के पैदा ना पड़ा की हाल होगा, वो भी जीप बाहर आ जाऊगी और की होगा। चाची पर मेरा ना सारा कोई बाहर आया प्या। बेबे हम कहाँ हैं? टठे खूज। ये टठा खू कहाँ है? अरे तू टठे खूज न हो जाना, टठा खू कहाँ है? मुठिया के खोल बेच कसुन बनाई बैठा, खोल इन्हों। नहीं बापू नहीं। कहते हैं बंद मुठी लाकी, खुल गई तो फिर खाक की। मैं तेनू इन मारिया, तेन जमा सट नहीं लगी? मर्द के कभी दर्द नहीं होता। हाय मेरे रब्बा, मुड़ कुड़ खोती बहुत थले। ओ चल खोती धुप्पे दी ना खड़ी रहन दित्ती, छावी लियांदी है। तू आपदी खोती जिथे मर्जी रख, तू तू बंदा बनना या नहीं बनना? ला मैं बंदा ही हां, और मैं ककरी दा नहीं पाई फिरदा। तू किते काम कार ते लगे, खेतां दे विच हल चलावे तां ही कुछ कमा के ल्यावेगा, हैं? नाले तां ही अपना ब्याह होगा, नहीं तां नहीं तो मेरे घर दे ने ना मेरा ब्याह किते होर पक्का कर देना। जो उन्होंने किते होर पक्का ब्याह करता तो मैं पहा लेके मर जूंगी, फिर कल्ले ही उरे बैठा ना खड़काई जी आपदी तुम्बी। मेरी तुम्बी तो तू है, जिन्ना चिर तेरी तार खड़कू ते मेरा दिल धड़कू, तेरी तार टूटी मेरी जिंद मुकी। ना एहो जी गल ना करया कर, तू ना कोई वधिया जी मैनू गल सुना। अच्छा ऐ कर, तू कोई सवाल कर तो मैं उसका जवाब दूंगा। ओके, मैं तेरी हेमा मालिनी बनके ते तो सवाल पूछ दिया, ते तू तू तो धर्मिंदर दी औलाद है। की आख्या? हां धन्नू। ए ओए ओ चन्नी है। धर्मिंदर तू मेरी हेमा, इश्क दिया हुण खेडी ए गेमा। हट कौडी 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 कौडी, हट कौडी 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 कौडी। मैं धर्मिंदर तू मेरी हेमा, इश्क दिया हुण खेडी ए गेमा। दुनिया नवी वसाइए नी तेरा मामा नी मनदा, दस किदा व्याह करवाइए नी ओ तूतड़ नी मनदा, किदा व्याह करवाइए नी ओ मुछल नी मनदा। Thank you.
जे किधरे चल जावे नी कलाकार दा नाम बने तो मोटा पैसा आवे नी ओ कलाकार दा नाम बने तो रजमा पैसा आवे नी महंगियां गड्डियां विच घूमेंगी तू मिठिए मठियाई नी तेरा मामा नी मनदा किदा व्याह करवाइए नी ओ तूतड़ नी मनदा किदा व्याह करवाइए नी ओ मुछल नी मनदा लोका तो अखवाइए नी तेरा मामा नी मनदा दस किदा व्याह करवाइए नी तेरा मामा नी मनदा नी ओ तूतड़ नी मनदा आयो तेरा मुछड़ नी मनदा आए आवाज अंदरों आ रही है ते फिर ये अंदर कट्टा किधरों बढ़ गया चल देख मेरे नाल हो रहा मेरे नाल तुहानू दोवां जणे नू कला दी परख ही नहीं जे तुहानू दोवां जणे नू कला दी परख हुंदी ना तो मैं भी कोई कैस्ट कराई हुंदी कोई फिल्म बनाई हुंदी मेरा भी दुनिया ते ना हुंदा तो एक बार बह के मेरे कोलों सुनता लो कि मेरे कोले कला दा किड्डा वड्डा भंडार है मैनू पता तेरा दिमाग किन्ना के चलदा है सड़िया क्यों मेरे दिमाग नू उल्ली लगी है चल उल्ली लगी है तो भावें कुछ होर लग गया पर एक बार आपां बैठ के मुंडे तो सुनता लईए जिहड़ा कुछ सुणाउंदा है नाले बच्चे दा मन खड़ जांदा है बापू चल सुणा सुणावां ठीक है बापू फिल्म दी कहानी एडी खतरनाक है एडी खतरनाक है कि मारे बंदे दा तां हार्ट फेल हो गया फिल्म दी नंबरिंग खत्म हो गया है सुनसान हवेली हनेरी रात विचों पांत पांत दियां आवाजां आ रही बापू उस हवेली का दरवाजा अपने आप खुल जाता है
फिर अंदर रोशनी आई, एक जोरदार हवा का बुल्ला आया, फिर हवेली का दूसरा दरवाजा खुलिया, एक परछावा अंदर आया। परछावे नू इन्ना मुड़का आया पिया कि सारी थां गिल्ली हो जाती है। परछावे नू मुड़का, भूत का मुड़का बेबे, भूत का मुड़का, लाल रंग का मुड़का आया होया, यानी के खूनी पसीना। बाकी की कहानी फिर कैसे सुना दी? नहीं बापू नहीं, अज तुसी दोवें जाने मसा मेरे अड़के आए हो, अज मैं थोनू फिल्मी प्लेटफार्म से चढ़ा के छड़ू, फिल्म बनाउन वाली जिद पवा के छड़ू। अगे सुन बापू, उस पुरानी हवेली के मालक के मालकन अंदर सुते गए, एक चाकू उन्हां वल वध रहा है। टैं 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 चिरड़ी 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 टैं 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 चिरड़ी 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 चिरड़ी, चाकू जमा उन्हां दी गर्दन दे कोल चला जांदा। बाबू अदरो साड़ी उदो भजेगी जो इन्हें पतासा भूरता। हूं पतासा भुरना नहीं बापू, हूं तो पतासा भुरना। अगर मेरी किसी ने कहानी ना सुनी तो मैं तुम्हारा खून पी जाऊंगा, खून पी जाऊंगा। खड़े पैर तेन 1000 रुपया साइकिल लेकर दिता, बंदियां को काम करी, जो शराब का ठेकेदार है शहर जे को तेन लवाया, अपना यार आ, बड़ी मेहनत ना काम करी, मुंह ना काला करा दी, 100 रुपया रोज का थोड़ा नहीं हुंदा। रोटी खा ली, मूह भुखी सगरान वर्गा करी खड़े, कपड़े पा दे, पग बन ली, जमा बंदा लगता, पूरे 9 मीटर की लेके दी है तेन। अच्छे नाल गल सुन, छड़ हा कला कलाकारी का खेड़ा, कोई कम कर ता ही कोई रिश्ता हो, तेरी मन मर्जी का चन्नी का। हाँ ते हुण शराब का खेड़ा छड़, इहनू ना हथ राही। हाँ चंगा चल, शराब नू वेख के लाला ना सड़दी। अतरो हाँ मेरे मुंह च वी लाला डिगी जांदियां वा। क्यों तेनू मुंह खुर होया? नहीं यार देख ना, वो मुंडा अज काम से गया, अज आपां दोवें कल्ले आ, ते फिर तू छाल मार गया। तू गल क्यों नहीं समझदी मेरी? मैं सब समझदी आ, जिहड़ियां तेरे ढिड च नू मेरे नौहां च न, बस हुण पट्ठे पा, मैनू होर कम बहुत पे। पता नहीं तेरा मुंह क्यों आई जांदा मैनू, ते मेरा मुंह जाई जांदा तेरे बनियों। चल 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 देख ला, फिर देखी जानी आ, बहुत चिर की बहनी है, चल कुटकाने का बोक जा, टिब्बिया से पानी चढ़ा उन्न फिर वाई उड़ जाऊगा। निरख लिया मेमा ने, व्याह खा के मर जावा। नी चनिए शहरी तो गया काम करन, केड़ा वलैत गया भी उथे उन्हू मेमा रख लैन गया। नी शहर वालियां केड़िया चंगिया हुंदियां, मिनट च बंदे नू लेले वांगू मगर ला लैंदियां। तुसीं दोवें जानियां मेरा हौसला वधाउण आई हो जां मैनू डराउण आई हो? इक तां ना ओहदे बिना दिल नहीं लगदा मेरा जमा वी। ए चुचू ना कर, इको है एदां दा झड्डू, चाहे ओहनू धर्मिंदर दा नां लैके ना आ चंद ते लै जो, चाहे गंदे नाले दे विच बाड़ दो तां वी बढ़ जू। जी फिर इहो जिहे नाल लाईआं क्यों सी? हाए मैनू की पता सी। चल कोई नहीं, जदों सरवण आऊगा तां कह देंगी, छड्ड केड़ा काम करदा ते बैठा रहा कर चन्नी दे गोडे नाल। नहीं नाले ओह कहंदे हुंदे ना, कोई आल मस्त ते कोई चाल मस्त, कोई रन दे गोडे नाल मस्त। ओए ओ ठंडू, हां ओ मैनू लगदा ना ਵੀ ਉਹ ਆਪਦੇ ਬੇਬੇ ਦੇ ਨਾ ਗੋਡੇ ਨਾਲ ਲੱਗਿਆ ਬੈਠਾ ਹੋਊਗਾ। ਆਹ ਕਰ ਓਏ, ਆਪਣੇ ਖਤਰੇ ਦਾ ਘੁੱਗੂ ਆ। ਠੀਕ ਆ, ਇੱਕ ਤਾਂ ਆ ਜਿਹੜੇ ਦੋਵੇਂ ਭੂੰਡ ਪਟਾਕੇ ਜੇ ਨਾ, ਇਹ ਮੇਰੇ ਸਰਪਣ ਪੁੱਤ ਨੂੰ ਕੰਮ ਨਹੀਂ ਕਰਨ ਦੇ। ਕੋਈ ਨਹੀਂ ਆ ਜਾਓ ਪੁੱਤ, ਅੱਜ ਇਹੋ ਜਿਹਾ ਸਬਕ ਸਿਖਾਊਂਗੀ ਜੇ ਮੁੜ ਕੇ ਇਸ ਗਲੀ ਵੀ ਲੰਘੇ ਨਾ ਤਾਂ ਮੇਰਾ ਨਾਂ ਅਥਰੋ ਨਹੀਂ। ਓਏ ਗੱਲ ਸੁਣਾ, ਓਏ ਉਹ ਤਾਂ ਘੁੱਗੂ ਵਜਾਉਣ ਨਾਲ ਵੀ ਬਾਹਰ ਨਹੀਂ ਆਇਆ। ਹਾਂ ਨਹੀਂ ਆਇਆ, ਇਉਂ ਕਰਦੇ ਆ ਹੈ ਆਪਾਂ ਅੰਦਰ ਚੱਲ ਕੇ ਵੇਹਣੇ ਆ। ਚੱਲ ਚੱਲ ਚੱਲੀਏ। ਆ ਲਾ ਤਾ ਇਹਨਾਂ ਵਾਸਤੇ ਪਿੰਜਰਾ। ਓਏ ਤੋ
ਜੋਤੀ ਓਏ ਓ ਕੌਣ ਸੁੱਤਾ ਪਿਆ ਓਏ ਓਏ ਆਪਣਾ ਧਰਮਿੰਦਰ ਯਾਰ ਹੀ ਤਾਂ ਹੈਗਾ ਤੈਨੂੰ ਕਿਵੇਂ ਪਤਾ ਲੈ ਓਏ ਇਹਨਾਂ ਕਮਾਸ ਤੇ ਦਿਮਾਗ ਚਾਹੀਦਾ ਹੁੰਦਾ ਦਿਮਾਗ ਤੇ ਉਹ ਤੇਰੇ ਕੋਲ ਹੈ ਨਹੀਂ ਓ ਦੇਖ ਉਹਦੇ ਬੂਟ ਨਹੀਂ ਪਏ ਓਏ ਉਹਦੇ ਬੂਟਾਂ ਦੀ ਮੈਨੂੰ ਚੰਗੀ ਤਰ੍ਹਾਂ ਸਿਆਣਾ ਵੀ ਉਹ ਆਪਣਾ ਧਰਮਿੰਦਰ ਯਾਰ ਹੀ ਆ ਸਰੀਰ ਤੇਰਾ ਭਾਵੇਂ ਪਤਲਾ ਹੀ ਆ ਤੋਤੀ ਪਰ ਦਿਮਾਗ ਬਹੁਤ ਮੋਟਾ 100 ਸਾਲ ਤੇ ਗਰੰਟੀ ਵਾਲਾ ਆਜਾ ਆਜਾ ਕਰਾ ਚੁੱਪ ਕਰਕੇ ਲੈ ਪਿਆ ਵੇਖ ਸਾਲਾ ਇਨਵੀਟੇਸ਼ਨ ਤੇ ਮੰਗਦਾ ਪਿਆ ਹੁੰਦਾ ਓ ਧਰਮਿੰਦਰਾ ਉੱਠ ਚੱਲ ਯਾਰ ਨਾਲੇ ਚੰਨੀ ਅਲੀ ਨੀ ਗੇੜੀ ਛੇੜੀ ਲਾ ਕੇ ਆਉਣੀ ਓਏ ਨਾਲੇ ਤੈਨੂੰ ਕਿੰਨੀ ਵਾਰੀ ਤਾਂ ਆਖਿਆ ਵੀ ਸਾਡੀ ਵੀ ਚੰਨੀ ਦੀਆਂ ਛੇਲੀਆਂ ਨਾ ਕਰਾ ਦੇ ਤਾਤਾ ਥਈਆ ਅਸੀਂ ਐਵੇਂ ਖਾਲੀ ਭਾਂਡੇ ਵਾਂਗੂ ਡੈ ਡੈ ਵੱਜਦੇ ਫਿਰਦੇ ਆ ਓ ਚੱਲ ਨਾਲੇ ਅੱਜ ਪਿਗੜੀ ਛਿਗੜੀ ਵੀ ਲਾਉਣੀ ਆਪਾਂ ਧਰਮਿੰਦਰਾ ਓਏ ਧਰਮਿੰਦਰਾ ਮੈਨੂੰ ਕਬਜੀ ਹੋ ਜਾਂਦੀ ਹੈ ਖਬਰਦਾਰ ਜੇ ਮੁੜ ਕੇ ਇੱਥੇ ਬੜੇ ਤਾਂ ਕਰ ਲੈਣ ਦੇ ਮੇਰੇ ਸਰਪਣ ਪੁੱਤ ਨੂੰ ਕੋਈ ਕੰਮ ਕੁੱਤਿਓ ਵਿਹਲੇ ਕਿਸੇ ਥਾਂ ਦੇ ਰਹਿਣ ਚਾਚੀ ਸਾਨੂੰ ਬੁਲਾਇਆ ਸੀ ਖੜ ਜਾ ਮੇਰੇ ਪਿਓ ਦੇ ਲੱਗਦੇ ਹੋ ਖੋਪੜੀ ਵਾਲਿਆ ਅਸੀਂ ਤਾਂ ਤੈਨੂੰ ਇਹ ਕਹਿੰਦੇ ਆ ਵੀ ਜਿਹੜਾ ਤੇਰਾ ਲਾਂਗੜ ਲੌਂਕੀ ਜਾਂਦਾ ਪਹਿਲਾਂ ਇਹਨੂੰ ਤਾਂ ਸੰਭਾਲ ਲੈ ਭਰਜਾਈ ਇਹ ਖਾਨਦਾਨੀ ਤੇ ਸਰਦਾਰ ਬੰਦਿਆਂ ਦੇ ਲਾਂਗੜ ਜੇ ਮੇਰਾ ਹੁਲੀਆ ਵਧੀਆ ਹੁੰਦਾ ਤੇ ਫਿਰ ਕਿਹੜਾ ਤੂੰ ਮੈਨੂੰ ਰਿਸ਼ਤਾ ਕਰਾ ਦੇਣਾ ਹਾਂ ਆਏ ਕਿਹੜੇ ਤੇਰੇ ਵਾਸਤੇ ਡੋਲੇ ਡੋਲਿਆਂ ਨੂੰ ਕੀ ਹੋਇਆ ਸਨੀ ਦਿਓਲ ਵਰਗੇ ਪਏ ਆ ਡੋਲੇ ਚੇਲਾ ਪਤਾ ਕੀ ਦਾ ਧਰਮਿੰਦਰ ਵੇਖੀਏ ਤੇਰੇ ਡੋਲੇ ਅਸੀਂ ਤਾਂ ਇਹ ਕਹਿੰਦੇ ਆ ਵੀ ਪੁੱਛ ਟੰਗ ਲੈ ਤੇ ਪੱਗ ਬੰਨ ਲੈ ਭਰਜਾਈ ਮੇਰਾ ਸਰੀਰ ਤਾਂ ਮੇਰੇ ਆਖੀ ਨਹੀਂ ਲੱਗਦਾ ਜੇ ਤੈਥੋਂ ਬੰਨੀ ਜਾਂਦੀ ਹੈ ਤਾਂ ਬੰਨ ਲੈ ਅੱਛਾ ਨਾ ਗੱਲ ਸੁਣ ਤੇਰੇ ਆ ਪੱਗ ਬਣ ਕੇ ਸੁਰਮਾ ਨਾ ਪਾ ਦਿਆ ਲੈ ਪਾ ਦੇ ਭਰਜਾਈ ਮਟਕਾ ਕੇ ਵੀ ਤੈਨੂੰ ਹੀ ਦਿਖਾਉਣਾ ਆ ਮਾਰ ਕੇ ਧੱਫਾ ਮੈਂ ਹੈਂਡਲ ਵਿੰਗਾ ਕਰਕੇ ਹੁਣ ਸਿੱਧਾ ਕਰਨਾ ਪਊਗਾ ਮੈਂ ਸਿੱਧਾ
ਬਾਈ ਸਤਿ ਸ੍ਰੀ ਅਕਾਲ। ਲੈ ਆ ਇੱਕ ਹੋਰ ਆ ਗਿਆ ਬਾਈ ਜੀ, ਮੈਂ ਲੰਡੇ ਵਾਲੇ ਜੈਲਦਾਰਾਂ ਦੇ ਘਰੇ ਜਾਣਾ ਜੀ। ਜਾਣਾ ਤਾਂ ਜਾ, ਮੈਂ ਤੇਰੀ ਬਾਂਹ ਫੜੀ ਆ ਲੰਡੇ ਵਾਲੇ ਦੇ ਘਰੇ। ਹੱਦ ਹੋ ਗਈ ਯਾਰ, ਜ਼ਿੰਦਗੀ 'ਚ ਪਹਿਲੀ ਵਾਰ ਬੰਦਾ ਵੇਖਿਆ ਯਾਰ ਇਹ। ਮੈਂ ਤਾਂ ਇਹ ਸੋਚੀ ਜਾਂਦੀ ਹੈ ਵੀ ਮੇਰਾ ਸਰਵਣ ਪੁੱਤ ਗਾਹਕਾਂ ਨਾਲ ਕਿਵੇਂ ਗੱਲ ਕਰਦਾ ਹੋਊਗਾ। ਆਹ ਬੋਤਲ ਕਿੰਨੇ ਦੀ ਹੈ, ਆਹ ਚੰਗੀ ਹੈ, ਆਹ ਮਾੜੀ ਹੈ, ਪੈਸੇ ਦਿਓ ਬਾਕੀ ਪੈਸੇ ਆ ਜਾਂਦਾ ਟਾਈਮ ਹੋਇਆ ਹੀ ਪਿਆ। ਪਿਛਲਾ ਹਿੱਸਾ ਉਹਨਾਂ ਨੇ ਰੱਖ ਲਿਆ ਤੇ ਮੂਰਲਾ ਮੂਰਲਾ ਹਿੱਸਾ ਜਿਹੜਾ ਗਾਂ ਠੇਕਾ ਆਉਂਦਾ ਉਹ ਉਹਨਾਂ ਨੇ ਰੱਖ ਲਿਆ। ਤੇ ਜਿਹੜਾ ਪਿਛਲਾ ਪਲਿੰਜਰ ਜਾ ਹੁੰਦਾ ਜੀ ਤੇ ਕਾਠੀ ਹੁੰਦੀ ਆ, ਉਹ ਕਿੱਥੇ ਹੈ? ਉਹ ਬੇਬੇ ਜਿਹੜਾ ਦੋ ਠੇਕਿਆਂ ਦੇ ਸਨ ਪਕੌੜਿਆਂ ਨਾਲ ਪੈਂਦਾ, ਉਹਦੇ ਵੀ ਦੇਣੇ ਸੀ ਉਹ ਤੇ ਲੈ ਜਾਣੇ। ਪਰ ਤੇਰੇ ਕੋਲ ਕੀ ਰਹਿ ਗਿਆ? ਮੇਰੇ ਕੋਲ ਤਾਂ ਆਹ ਇਕੱਲਾ ਹੈਂਡਲ ਹੀ ਹੈ। ਬੇਬੇ ਤੇਰੇ ਕੋਲ ਹੈਂਡਲ ਤਾਂ ਹੈ, ਮੈਂ ਮਰ ਗਈ ਵੇ। ਤੇ ਆਹਾ ਵੇ ਆਹਾ, ਇਹ ਬੇਬੇ ਬ੍ਰੇਕਾਂ ਤੇ ਆਹਾ ਟੱਲੀ ਤੇ ਆਹਾ ਆ ਘਰ ਬਚਦਾ, ਨਹੀਂ ਤਾਂ ਬੰਦਾ ਉਹੀ ਉੱਜੜ ਜਾ। ਅੱਛਾ ਫਿਰ ਹੁਣ ਤੈਨੂੰ ਮੈਂ ਬਚਾਉਣੀ ਹੈ, ਜੇ ਤੂੰ ਪਿਓ ਦਾ ਪੁੱਤ ਹੈ ਨਾ ਤੇ ਇੱਥੇ ਖੜਾ ਰਹੀ, ਇੱਥੋਂ ਹਿੱਲੀ ਨਾ, ਸਮਝ ਗਿਆ? ਮੈਂ ਆਈ ਬਰਬਣਾ, ਜੇ ਬਚਣਾ ਬੇਬੇ ਤੋਂ ਤਾਂ ਪੁੱਤ ਬਣ ਜਾ ਰਾਟਕ। ਸਿਮ ਸਿਮ ਚੌੜਾ ਹੋ ਜਾ, ਸਿਮ ਸਿਮ ਆ ਗਈ ਫਿਰ ਬੇਬੇ 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 ਹੈਂਡਲ ਛੱਡਦੇ, ਬੇਬੇ ਹੈਂਡਲ ਨਾ ਲੈ ਬੇਬੇ, ਇਹ ਹੈਂਡਲ ਮੇਰੀ ਰੋਜ਼ੀ ਰੋਟੀ ਹੈ। ਹੈਂਡਲ ਤੇਰੀ ਰੋਜ਼ੀ ਰੋਟੀ ਕਿਵੇਂ ਨੇ ਬੇਬੇ? ਹੈਂਡਲ ਮੇਰੀ ਰੋਜ਼ੀ ਰੋਟੀ ਆਏ ਹੈ ਵੀ ਇਹਨੂੰ ਵੇਚ ਕੇ ਤਾਂ ਆਥਣੇ ਪਊਗਾ ਪੀਊਗਾ। ਮੇਰਾ ਮਤਲਬ ਮੈਂ ਜ਼ਿੰਦਗੀ ਸਵਾਰ ਕੇ ਰੱਖਦੀ। ਮੈਂ ਸੁਣਿਆ ਤੁਹਾਡੇ ਘਰੇ ਵੀ ਇੱਕ ਮੁੰਡਾ ਬਹੁਤ ਵਧੀਆ ਗਾਉਂਦਾ ਤੇ ਬਹੁਤ ਵਧੀਆ ਐਕਟਰ ਹੈ। ਹਾਂ ਹਾਂ ਹਾਂ, ਇੱਥੇ ਆਓ, ਮੈਨੂੰ ਮਿਲਾਓ ਛੇਤੀ ਤਾਂ ਕਿ ਮੈਂ ਉਹਦੇ ਲੋਧਾ ਲਾ ਸਕਾਂ। ਮੈਂ ਬੁਲਾਉਂਦੀ ਹਾਂ ਉਹਨੂੰ। ਬੁਲਾਉਣਾ ਕੀ ਆ, ਮੈਂ ਨਾਲ ਹੀ ਚੱਲਦਾ, ਨਾਲ ਚੱਲ ਆਪਣੇ ਪੀਲਾਂਗੇ। ਆਜੋ 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 ਆਪਣੇ ਘਰ ਆਜੋ ਮਿਲ ਗਿਆ, ਬਿਲਕੁਲ ਇਹੀ ਚਿਹਰਾ ਚਾਹੀਦਾ ਸੀ ਸਾਡੀ ਫਿਲਮ ਇੰਡਸਟਰੀ ਨੂੰ। ਆਹ ਬਣ ਗਈ ਗੱਲ, ਮਿਲ ਗਿਆ। ਸਾਹਮਣਾ ਦੇਖੋ ਧਰਮਿੰਦਰ, ਇਧਰੋਂ ਦੇਖੋ ਅਮਿਤਾਭ ਬੱਚਨ, ਬਿਲਕੁਲ ਨਾਨਾ ਪਾਟੇਕਰ, ਪਿੱਛੋਂ ਦੇਖੋ ਪਿੱਛੋਂ ਦੇਖੋ ਪਿੱਛੋਂ ਦੇਖੋ ਰਾਖੀ ਸਾਵੰਤ। ਓਏ ਟਪੂਸੀ ਮਾਸਟਰ, ਉਹ ਸਾਡੇ ਮੁੰਡੇ ਕਦੀ ਅੱਗੇ ਵੇ ਨਾ ਕਦੀ ਪਿੱਛੇ ਵੇ ਨਾ, ਮੱਝਾਂ ਦਾ ਵਪਾਰੀ ਲੱਗਦਾ, ਤੂੰ ਹੈ ਕੋਲ ਤੇ ਕਿੱਥੋਂ ਆਇਆ ਓਏ? ਹੈ ਆਹ ਕਰੀਏ, ਬਾਬੇ ਨੇ ਪੂਰੀ 200 ਰੁਪਏ ਦੀ ਗੱਲ। ਆਓ ਜੀ ਤੁਹਾਨੂੰ ਹੁਣੇ ਦੱਸ ਦਿੰਦੇ ਹਾਂ, ਆਓ ਬੈਠੋ। ਲਓ ਜੀ, ਮੇਰਾ ਨਾਂ ਹੈ ਹੁਸ਼ਿਆਰੀ ਲਾਲ ਲੋਧਾ। ਮੇਰਾ ਕੰਮ ਹੈ ਨਵੇਂ ਕਲਾਕਾਰਾਂ ਨੂੰ ਬੁਲੰਦੀਆਂ ਤੱਕ ਪਹੁੰਚਾਉਣਾ, ਪਹਿਲਾਂ ਵੀ ਬੜੇ ਪਹੁੰਚਾਏ ਨੇ। ਦੇਖੋ ਜੀ, ਹੁਣ ਮੇਰੀ ਅੱਖ ਹੋ ਗਈ ਤੁਹਾਡੇ ਮੁੰਡੇ, ਕਿਉਂਕਿ ਧਰਮਿੰਦਰ ਹੁਣ ਬੁੜਾ ਹੋ ਗਿਆ,
ਤੇ ਤੁਹਾਡਾ ਮੁੰਡਾ ਹੋ ਗਿਆ ਸੁੱਖ ਨਾਲ ਜਵਾਨ ਤੇ ਧਰਮਿੰਦਰ ਦੀ ਜਿਹੜੀ ਕਮੀ ਹੈ ਇਹ ਤੁਹਾਡਾ ਮੁੰਡਾ ਹੀ ਪੂਰੀ ਕਰਦਾ। ਲਓ ਜੀ ਸਾਡੀ ਮੁੰਬਈ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਧਰਮਿੰਦਰ, ਇੱਕ ਨਵਾਂ ਨਾਨਾ ਪਾਟੇਕਰ, ਇੱਕ ਨਵਾਂ ਅਮਿਤਾਭ ਬੱਚਨ ਮਿਲ ਸਕਦਾ ਜੇ ਤੁਸੀਂ ਹਿੰਮਤ ਕਰੋ ਤਾਂ। ਸਾਡੀ ਹਿੰਮਤ ਚਾਹੁਣ ਦਾ ਕੀ ਆ, ਜੇ ਮੁੰਡਾ ਕੁਝ ਬਣ ਸਕਦਾ ਤੇ ਇਹਨੂੰ ਬਣਾ ਦਿਓ, ਲੈ ਜਾਓ ਇਹਨੂੰ ਨਾਲ ਹੀ। 24 ਘੰਟੇ ਕਲਾਕਾਰ ਜੀ ਧਿਆਨ ਰੱਖਦਾ, ਕੰਮ ਕਰ ਤੇ ਕਰਦਾ ਕੋਈ ਨਹੀਂ ਹੈ। ਓਹੋ ਤੁਸੀਂ ਕੰਮ ਕਰਕੇ ਲੈਣਾ ਕੀ ਆ, ਐਵੇਂ ਪਸ਼ੂਆਂ ਨਾਲ ਪਸ਼ੂ ਮਿੱਟੀ ਨਾਲ ਮਿੱਟੀ ਹੁੰਦੇ ਫਿਰੀ ਜਾਂਦੇ ਹੋ। ਤੁਹਾਡਾ ਮੁੰਡਾ ਬਣ ਜਾਣਾ ਸਟਾਰ, ਯਾਨੀ ਕਿ ਸੁਪਰ ਸਟਾਰ। ਫਿਰ ਤੁਹਾਡਾ ਮੁੰਡਾ ਜਾਇਆ ਕਰੂਗਾ ਬਾਹਰਲੇ ਦੇਸ਼ਾਂ ਦੇ ਵਿੱਚ ਸ਼ੂਟਿੰਗ ਕਰ। ਪਿੱਛੇ ਤੁਸੀਂ ਵਗ ਜਾਇਆ ਕਰੋ, ਇਹ ਤਾਂ ਉਹ ਗੱਲ ਹੋ ਗਈ, ਨਾਲੇ ਕੁੰਨ ਤੇ ਨਾਲੇ ਫਲੀ। ਫਿਰ ਜੀ ਨੌਕਰ ਚਾਕਰ ਤੁਹਾਡੇ ਅੱਗੇ ਪਿੱਛੇ ਘੁੰਮਿਆ ਕਰਨਗੇ, ਅੱਗੇ ਪਿੱਛੇ ਅੱਗੇ ਪਿੱਛੇ, ਤੁਸੀਂ ਲਿਆ ਕਰੋਗੇ ਨਜ਼ਾਰੇ। ਪਰ ਇਹ ਸਾਰੇ ਸੁਪਨੇ ਪੂਰੇ ਕਰਨ ਵਾਸਤੇ ਤੁਹਾਨੂੰ ਛੋਟੀ ਜੀ ਕੁਰਬਾਨੀ ਕਰਨੀ ਪਊ। ਕੁਰਬਾਨੀ? ਨਾ ਕੁਰਬਾਨੀ ਨੂੰ ਭਾਈ ਸਾਨੂੰ ਕੋਈ ਲੱਤ ਬਾਂਹ ਬਣਾਉਣੀ ਪਊਗੀ। ਓਹੋ ਲੱਤ ਬਾਂਹ ਨਹੀਂ ਬਣਾਉਣੀ ਪੈਣੀ, ਜਿਵੇਂ ਸਿਆਣੇ ਨੀ ਕਹਿੰਦੇ ਹੁੰਦੇ ਕੁਛ ਪਾਣੇ ਕੇ ਲੀਏ ਕੁਛ ਕੋ ਨਾ ਪੜਨਾ। ਕੁਰਬਾਨੀ ਤੋਂ ਮੇਰਾ ਮਤਲਬ ਹੈ ਕਿ ਤੁਹਾਨੂੰ ਥੋੜਾ ਜਿਹਾ ਪੈਸਾ ਖਰਚਣਾ ਪਊ। ਪੈਸਾ ਤਾਂ ਭਾਈ ਮੇਰੇ ਕੋਲ ਨਾ 100-100 ਦੇ 5 ਨੋਟ ਪਏ ਜਮਾ ਨਵੇਂ, ਉਹ ਤੂੰ ਲੈ ਜਾ ਜਿਹੜਾ ਕੁਛ ਬਣ ਗਿਆ ਤਾਂ। ਉਹ ਬੀਬੀ ਇਹ ਫਿਲਮਾਂ ਦੇ ਕੰਮ ਹੈ, ਫਿਲਮਾਂ ਦੇ ਕੰਮ, ਇੱਥੇ ਲੱਖਾਂ ਕਰੋੜਾਂ ਰੁਪਏ ਲੱਗਦੇ ਆ, 100-100 ਨਹੀਂ, ਮੈਨੂੰ 5 ਲੱਖ ਰੁਪਏ ਚਾਹੀਦਾ, 5 ਲੱਖ। 5 ਲੱਖ? ਆ ਦੇਖੋ ਫੋਨ ਆ ਗਿਆ। ਹੈਲੋ, ਹਾਂਜੀ ਸਨੀ ਦਿਓਲ ਜੀ, ਉਹ ਕੀ ਹਾਲ ਆ ਛੋਟੇ? ਹਾਂ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹੋ? ਅੱਛਾ ਅੱਛਾ, ਉਹ ਸ਼ੂਟਿੰਗ ਵਾਸਤੇ ਆਪਣੀ ਵਾਸਤੇ ਨਾ ਜਿਹੜਾ ਮੁੰਡਾ ਚਾਹੀਦਾ ਸੀ ਆਪਾਂ ਨੂੰ ਉਹ ਮੈਂ ਲੱਭ ਲਿਆ। ਹਾਂ ਆ ਮੇਰੇ ਮੂਹਰੇ ਬੈਠਾ ਮੁੰਡਾ, ਮੁੰਡਾ ਬੜਾ ਵਧੀਆ, ਉੱਚਾ ਲੰਮਾ ਜਵਾਨ, ਕਿਆ ਬਾਤ ਹੈ ਵਾਹ। ਉਹ ਬਈ ਜਦੋਂ ਇਹ ਤੇਰੇ ਤੇ ਬੌਬੀ ਦਿਓਲ ਦੇ ਵਿਚਕਾਰ ਖੜਾ ਹੋਊਗਾ ਨਾ, ਧਰਮਿੰਦਰ ਦਾ ਤੀਜਾ ਮੁੰਡਾ ਲੱਗਣਾ ਤੀਜਾ। ਉਹ ਕੀ ਹਾਲ ਆ ਸਾਡੇ ਧਰਮਿੰਦਰ ਭਾਜੀ ਦਾ? ਹਾਂ ਧਰਮਿੰਦਰ। ਅੱਛਾ ਅੱਛਾ, ਹੇਮਾ ਜੀ ਨੇ ਲੱਤਾਂ ਘੁੱਟ ਰਹੇ ਨੇ। ਅਸਲ 'ਚ ਨਾ ਹੇਮਾ ਜੀ ਜਿਹੜੇ ਉਹ ਡਾਂਸ ਕਰਦੇ ਕਰਦੇ ਥੱਕ ਜਾਂਦੇ ਆ। ਅੱਛਾ ਅੱਛਾ, ਹਾਂ ਹਾਂ ਮੈਨੂੰ ਹੇਮਾ ਜੀ ਦੀਆਂ ਬਹੁਤ ਮਿਸ ਕਾਲਾਂ ਆਈਆਂ ਪਈਆਂ ਨੇ। ਉਹ ਕੀ ਕਰਾਂ ਯਾਰ, ਸ਼ੂਟਿੰਗਾਂ 'ਚ ਇੰਨਾ ਬਿਜ਼ੀ ਹਾਂ, ਸ਼ੂਟਿੰਗ ਇੱਕ ਸ਼ਿਮਲੇ ਚੱਲਦੀ ਆ, ਇੱਕ ਇੱਧਰ ਚੱਲਦੀ ਪੰਜਾਬ ਦੇ ਵਿੱਚ, ਹੁਣ ਆਏ ਨਵੀਂ ਸ਼ੂਟਿੰਗ ਦਾ ਅਰੇਂਜ ਕਰਦੇ ਫਿਰਦੇ ਹੈਗੇ। ਹਾਂ ਹਾਂ, ਉਹ ਮੈਂ ਪੈਸਿਆਂ ਬਾਰੇ ਗੱਲ ਕਰੀ ਜਾ ਰਿਹਾ ਸੀ ਇਹਨਾਂ ਨਾਲ। ਅੱਛਾ ਸਨੀ ਭਾਅ ਜੀ ਇੱਕ ਗੱਲ ਦੱਸੋ, ਜਿਹੜਾ ਆਪਾਂ ਇਹਨਾਂ ਤੋਂ 5 ਲੱਖ ਰੁਪਇਆ ਲੈਣਾ ਉਹ ਕਦੋਂ ਵਾਪਸ ਕਰ ਦਿਆਂਗੇ? ਅੱਛਾ ਫਿਲਮ ਰਿਲੀਜ਼ ਹੋਣ ਸਾਰੇ ਸਣੇ ਵਿਆਜ? ਉਹ ਚੰਗਾ, ਮੈਨੂੰ ਹੁਣ ਤੁਸੀਂ ਪੈਰੀ ਪੈਣਾ ਨਾ ਕਿਹਾ ਕਰੋ, ਸਤਿ ਸ਼੍ਰੀ ਅਕਾਲ ਹੀ ਕਰਦਾ ਕਰੋ। ਓਕੇ ਫੋਨ ਰੱਖਦਾ ਮੈਂ। ਵਿਆਜ? ਹਾਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਸਾਡਾ ਵਿਆਜ ਹੋਊਗਾ ਉਹ 5 ਰੁਪਏ ਸੈਂਕੜੇ ਤੋਂ ਅਸੀਂ ਵੱਧ ਨਹੀਂ ਦੇ ਸਕਦੇ। 6 ਮਹੀਨਿਆਂ ਵਿੱਚ ਫਿਲਮ ਰਿਲੀਜ਼ ਹੋ ਜਾਣੀ ਹੈ, ਅਤੇ 5 ਲੱਖ ਪਲੱਸ 1.5 ਲੱਖ ਜਾਣੀ ਕਿ 6.5 ਲੱਖ ਰੁਪਇਆ ਤੁਹਾਡੇ ਘਰ ਪਹੁੰਚ ਜੂ। ਜੇ ਤੁਹਾਨੂੰ ਮੇਰੀ ਗੱਲ ਮਨਜ਼ੂਰ ਹੈ ਤਾਂ ਆ ਲਓ ਮੇਰਾ ਵਿਜ਼ਿਟਿੰਗ ਕਾਰਡ, ਨਾਲੇ ਤਾਂ ਮੈਨੂੰ ਪੈਸੇ ਦੇ ਆਇਓ ਅਤੇ ਨਾਲੇ ਦੇਖ ਆਇਓ ਮੇਰਾ ਦਫ਼ਤਰ, ਨਾਲੇ ਇਹ ਪਤਾ ਕਰ ਲਓ ਵੀ ਕਿਤੇ ਮੈਂ ਠੱਗ ਮਹਿਕਮਾ ਤਾਂ ਨਹੀਂ ਤੁਰਿਆ ਫਿਰਦਾ। ਅੱਛਾ ਜੀ ਮੈਂ ਚੱਲ, ਚੰਗਾ ਬਈ। ਬਾਪੂ ਬੇਬੇ ਹੁਣ ਸੋਚਦੇ ਕੀ ਆ, ਬੇਬੇ ਮੈਨੂੰ ਐਡਾ ਵਧੀਆ ਚਾਂਸ ਮਿਲਣ ਲੱਗਾ ਬਾਪੂ, ਦੇਖੋ ਨਾਲੇ ਚੋਪੜੀਆਂ ਨਾਲੇ 2-2, 5 ਲੱਖ ਦੇ ਨਾਲ 1.5 ਲੱਖ ਵਿਆਜ ਦਾ 1 ਕਿੱਲਾ ਹੋਰ ਖਰੀਦ ਲਾਂਗੇ ਬਾਪੂ। ਉਹ 1 ਕਿੱਲਾ ਲੈਂਦੇ ਲੈਂਦੇ ਕਦੇ ਪਹਿਲੀ ਨਾ ਗਵਾ ਪਈਏ ਬੇਬੇ। ਬੇ 5 ਲੱਖ ਦਾ ਮਾਮਲਾ ਹੈ, ਸਾਨੂੰ ਰਾਤ ਨੂੰ ਸਲਾਹ ਕਰਨ ਦੇ, ਤੜਕੇ ਕੋਲ ਢਾਪਾ ਨਾ ਕਰਾਂਗੇ। ਠੀਕ ਹੈ ਬੇਬੇ। ਚੜ ਵੇਖ ਕੇ ਕਿਵੇਂ ਕਰੀ ਜਾਂਦਾ ਜਿਵੇਂ ਅਮਲੀ ਕਰਦੇ ਹੁੰਦੇ।
ਚੱਲੀਏ ਜਿਵੇਂ ਕੜਕੀ ਚ ਚੂਹਾ ਫਸਿਆ। ਮਜਨੂੰ ਇਹ ਸੁੱਤਾ ਪਿਆ ਬੋਲੀ ਜਾਂਦਾ। ਬੇਬੇ ਚੰਨੀ ਕਿੱਧਰ ਗਈ? ਚੰਨੀ ਗਈ ਚਾਹ ਵਾਲੇ ਗਲਾਸ ਚ। ਸੁਪਨੇ ਲੈਣੇ ਕਦੋਂ ਛੱਡੇਗਾ? ਜਦੋਂ ਮੇਰੇ ਸਾਰੇ ਸੁਪਨੇ ਸੱਚੇ ਤੇ ਪੂਰੇ ਹੋ ਜਾਣਗੇ। ਪੂਰੇ ਤਾਂ ਪੁੱਤ ਹੁਣ ਹੋਏ ਪਏ। ਵੇਖ ਤੇਰਾ ਬਾਪੂ ਮੰਨਦਾ ਤਾਂ ਹੀ ਨਹੀਂ ਸੀ। ਰਾਤ ਮੈਂ 100 ਲੱਲੇ ਪੇਪੇ ਕਰਕੇ ਮਨਾਏ ਤੇ ਨਾਲੇ ਪੁੱਤ ਵੇਖ ਸਾਡੇ ਕੋਲ ਇਕੱਲਾ ਤੂੰ ਹੀ ਹੈ ਤੇ ਅਸੀਂ ਤੇਰੇ ਬਗੈਰ 10 ਕੀ ਜ਼ਮੀਨ ਜਾਇਦਾਦ ਫੋਕਣੀ ਹੈ। ਬੇਬੇ ਹੋਰ ਗੱਲਾਂ ਦੀਆਂ ਗੱਲਾਂ ਵੀ ਜਿਹੋ ਜਿਹਾ ਤੂੰ ਬਾਪੂ ਬਣਾ ਲਿਆ ਤੇ ਜਿਹੋ ਜਿਹਾ ਝੋਟਾ ਚੋਲਿਆ ਇੱਕ ਬਰਾਬਰ ਹੈ। ਤੂੰ ਐਂ ਕਰ ਹੁਣ ਤਿਆਰ ਹੋ ਜਾ ਤੇ ਤੇਰੇ ਬਾਪੂ ਨੇ ਨਾ ਆੜਤੀ ਨਾਲ ਗੱਲ ਕਰ ਲਈ ਫੋਨ ਤੇ ਤੇ ਉਹ ਤੈਨੂੰ ਉੱਥੋਂ ਬੈਂਕ ਚ ਪੜਾ ਕੇ ਪੈਸੇ ਦੇ ਦੂਗਾ। ਇਹ ਪੈਸਿਆਂ ਦਾ ਕੰਮ ਹੈ ਪੁੱਤ ਰਕਮ ਦਾ, ਨਾਲੇ ਆੜਤੀ ਨਾਲ ਨਾਲੇ ਫਿਲਮ ਵਾਲੇ ਨਾਲ ਮਾੜਾ ਜਿਹਾ ਪੂਰੀ ਸ਼ਹਿਰੀ ਨਾਲ ਸੋਚ ਸਮਝ ਕੇ ਗੱਲ ਕਰੀ, ਠੀਕ ਹੈ? ਤੇ ਹੁਣ ਤੂੰ ਤਿਆਰ ਹੋ ਜਾ ਤੇ ਤਿਆਰ ਹੋ ਕੇ ਜਾ। ਚੰਗਾ ਚੰਗਾ ਬੇਬੇ, ਤੂੰ ਜਮਾ ਫਿਕਰ ਨਾ ਕਰ। ਚੰਨੀਏ ਬਸ ਹੁਣ ਆਪਣਾ ਬਹੁਤ ਛੇਤੀ ਤਲਾਕ ਹੋ ਜਾਊਗਾ। ਨਹੀਂ ਨਹੀਂ ਨਹੀਂ, ਮੇਰਾ ਮਤਲਬ ਹੈ ਮਿਲਾਪ ਹੋ ਜਾਊਗਾ। ਓਏ ਤੋਤੀ ਕਿੱਥੇ ਆ? ਤੋਤੀ ਲੈ, ਉਹ ਤਾਂ ਸਾਲਾ ਕੰਡਕਟਰ ਤੋਂ ਜਰਦਾ ਲੈ ਕੇ ਮਲੀ ਜਾਂਦਾ। ਜਰਦਾ ਉਹਨੂੰ ਕਹਿ, ਉਹਨੂੰ ਕਹਿ ਛੇਤੀ ਆ, ਕਹਿ ਉਹਨੂੰ। ਓਏ ਤੋਤੀ ਓਏ ਇੱਧਰ ਥੱਲੇ ਆ ਜਾ, ਸਰਬਣ ਬਾਈ ਬੁਲਾਈ ਜਾਂਦਾ, ਚੱਲ ਆ ਜਾ ਚੱਲ ਗਏ। ਆਹ ਉਹ ਬਾਈ ਅਮਰ ਮਸਾਨਿਆ, ਇੱਧਰ ਨੂੰ ਭੱਜਿਆ ਜਾਂਦਾ ਪਤੰਦਰਾ ਜਿਵੇਂ ਅੱਗ ਭਜਾਉਣੀ ਹੁੰਦੀ ਹੈ। ਓਏ ਅੱਗ ਤਾਂ ਸਰਬਣਾ ਜੇ ਲੱਗਣੀ ਆ। ਹਾਂ ਅੱਜ ਦਾਲ ਪੀਣੇ ਦੇ ਘਰਾਂ ਕੋਲੇ ਸੁਰਿੰਦਰ ਸਾਹੂ ਨੇ ਖਾਲਾ ਲਾਉਣਾ, ਉੱਥੇ ਵੇਖੀ ਨਿਕਲਦੇ ਲਾਂਬੂ। ਫਿਰ ਆਪਾਂ ਵੀ ਚੱਲੀਏ ਮਸਾਨੇ। ਚਲੋ ਮੇਰੇ ਨਾਲ ਹੀ ਚੱਲੋ। ਸੁਣੀਏ ਸੁਰਿੰਦਰ ਸਾਹੂ ਦੀ ਤੁਣਕ 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 ਤੁਣ। Oh,
ਆ ਜਾਓ ਸੱਜਣੋ, ਬਹਿ ਜਾਓ ਯਾਰ, ਬਹਿ ਜਾਓ। ਬੇਬੇ ਕਿੱਧਰ ਗਈ? ਬਹਿ ਜਾਓ, ਮੈਂ ਆਉਣਾ ਯਾਰ। ਲੈ ਆ ਗਿਆ, ਸ਼ੁਕਰ ਹੈ। ਮੈਂ ਕਿਹੜੇ ਵੇਲੇ ਦੀ ਉਡੀਕੀ ਜਾਂਦੀ ਆ ਬਾਈ, ਤਾਂ ਫਿਕਰਾਂ ਚ ਪੈ ਗਈ ਸਾ। ਉਹ ਬੇਬੇ, ਉਹ ਜਿਹੜਾ ਦਾਲ ਪੀਣਿਆਂ ਦੇ ਘਰਾਂ ਕੋਲੇ ਨਾ ਸੁਰਿੰਦਰ ਸਾਹੋ ਦਾ ਖਾੜਾ ਲੱਗਾ ਸੀਗਾ, ਮੈਂ ਉੱਥੇ ਚਲਾ ਗਿਆ। ਬੇਬੇ ਸੁਰਿੰਦਰ ਸਾਹੋ ਜਦੋਂ ਕੋਲਾ ਜਿਹਾ ਮਾਰ ਕੇ ਟਰ ਟਰ ਕਰਕੇ ਗਾਉਂਦੀਆਂ ਨਾ, ਮੈਨੂੰ ਬੜੀ ਵਧੀਆ ਲੱਗਦੀ। ਘਟੀਆ ਵੀ ਲੱਗਦੀ ਹੈ। ਅੱਛਾ ਐਂ ਦੱਸ, ਸਾਰਾ ਕੰਮ ਠੀਕ ਹੋ ਗਿਆ ਨਾ? ਹਾਂ, ਉਹ ਤਾਂ ਬੇਬੇ ਸਾਰਾ ਕੰਮ ਠੀਕ ਹੋ ਗਿਆ। ਬੇਬੇ ਇਹ ਜਦੋਂ ਹੁਸ਼ਿਆਰੀ ਲਾਲ ਲੋਧੇ ਦੇ ਮੈਂ ਦਫ਼ਤਰ ਗਿਆ ਨਾ, ਧਰਮ ਨਾਲ ਉਹਦਾ ਦਫ਼ਤਰ ਇੰਨਾ ਵਧੀਆ, ਸਾਰੇ ਐਕਟਰਾਂ ਨਾਲ ਉਹਦੀਆਂ ਫੋਟੋਆਂ ਲੱਥੀਆਂ, ਧਰਮਿੰਦਰ ਉਹਦੇ ਨਾਲ ਜੱਫੀ ਪਾਈ ਖੜਾ, ਤੇ ਬੇਬੇ ਉਹਦਾ ਦਫ਼ਤਰ ਅੰਦਰੋਂ ਇੰਨਾ ਠੰਡਾ ਸੀ, ਮੇਰੇ ਤਾਂ ਕੰਨ ਲੈਣ ਵਾਲੇ ਹੋ ਗਏ ਠੰਡ ਨਾਲ। ਤੇ ਜਿਹੜੇ ਆਹ ਠੋਲੂ ਤੇ ਤੋਤੀ, ਇਹ ਤਾਂ ਮੇਰੇ ਸਾਲੇ ਅੰਦਰ ਬੈਠੇ ਛਿੱਕਾਂ ਹੀ ਮਾਰੀ ਗਏ। ਪਹਿਲਾਂ ਮੈਨੂੰ ਇਹ ਦੱਸ ਵੀ ਆਹ ਤਿੰਨੇ ਕਿਹੜੀ ਰਿਆਸਤ ਦੇ ਰਾਜਕੁਮਾਰ ਹੈ? ਇਹ ਬੇਬੇ, ਇਹ ਰਾਜਕੁਮਾਰ ਨੀ, ਇਹ ਆਵਾਜ਼ ਕੁਮਾਰ ਹੈ, ਕਲਾਕਾਰ ਹੈ। ਖਾੜੇ ਤੇ ਆਏ ਸੀ, ਮੇਰੇ ਮਿੱਤਰ ਬਣ ਕੇ ਮੈਂ ਘਰੇ ਲੈ ਆਇਆ। ਬੇਬੇ ਤੈਨੂੰ ਬਾਕੀ ਗੱਲਾਂ ਤਾਂ ਮੈਂ ਦੱਸੂਗਾ ਫੇਰ, ਤੂੰ ਪਹਿਲਾਂ ਇੱਧਰ ਆ ਬੈਠ, ਇਹਨਾਂ ਬਾਰੇ ਖੇਡਦਾ। ਇਹਨਾਂ ਚ ਕੀ ਕਲਾ ਕਰਤੂਤ ਹੈ? ਬੇਬੇ ਜਿਹੜਾ ਤਾਂ ਉਹ ਕੁਰਸੀ ਤੇ ਬੈਠਾ, ਇਹ ਤਾਂ ਜਿਹੜੀ ਕਲਾਕਾਰਾਂ ਦੀ ਗੱਡੀ ਹੁੰਦੀ ਹੈ ਨਾ, ਪਹਿਲਾਂ ਉਹਦੇ ਤੋਂ ਸਮਾਨ ਲਾਉਂਦਾ ਫਿਰ ਸਮਾਨ ਚੜਾਉਂਦਾ। ਤੇ ਜਿਹੜਾ ਉਹਦੇ ਨਾਲ ਬੈਠਾ, ਉਹ ਜਿਹੜੇ ਕਲਾਕਾਰਾਂ ਦੇ ਉੱਤੋਂ ਵੀ ਪੈਸੇ ਨਹੀਂ ਸੁੱਟਦੇ, ਉਹ ਪੈਸੇ ਚੁੱਕਦਾ। ਤੇ ਜਿਹੜਾ ਉਹ ਬੈਠਾ ਨਾਲ ਤੀਜੇ ਨੰਬਰ ਤੇ, ਉਹ ਜਿਹੜੀਆਂ ਕਲਾਕਾਰਨੀਆਂ ਜਿੱਥੇ ਜਿਹੜੇ ਕਮਰੇ 'ਚ ਤਿਆਰ ਹੁੰਦੀਆਂ ਆਹ ਨੱਚਣ ਵਾਲੀਆਂ ਗਾਉਣ ਵਾਲੀਆਂ, ਉਹਨਾਂ ਦੇ ਉੱਥੇ ਫੜ ਕੇ ਪਹਿਰਾ ਦਿੰਦਾ, ਤਾਂ ਕਿ ਕੋਈ ਬਾਹਰੋਂ ਬੰਦਾ ਅੰਦਰ ਨਾ ਜਾਵੇ, ਤੇ ਜਿਹੜੀਆਂ ਅੰਦਰਲੀਆਂ ਕੁੜੀਆਂ ਬਾਹਰ ਕਿਤੇ ਝਾਤੀ ਨਾ ਮਾਰਨ। ਇਹਦੇ 'ਚ ਕਿਹੜੀ ਕਲਾਕਾਰੀ ਵਾਲੀ ਗੱਲ ਹੋਈ ਪਹਿਲਾਂ? ਉਹ ਬੇਬੇ ਕਲਾਕਾਰੀ ਦਾ ਜਾਗ ਇੱਥੋਂ ਹੀ ਲੱਗਦਾ ਹੈ। ਹੈਂ, ਤੂੰ ਇਉਂ ਕਰ, ਤੂੰ ਇਹਨਾਂ ਵਾਸਤੇ ਰੋਟੀ ਬਣਾ। ਹੈਂ, ਉਹ ਬਾਈ ਨਾਲ ਫਿਰ ਛਿੱਟ ਛਿੱਟ ਲਾ ਵੀ ਲਓਗੇ? ਓਏ ਲਾ ਲਿਓ ਯਾਰ, ਕੁਛ ਨਹੀਂ ਹੁੰਦਾ। ਜੇ ਤੂੰ ਕਹਿੰਦਾ ਬਾਈ ਲਾ ਲੈਣੇ ਆ, ਮਾੜੀ ਜੀ ਔਖੇ ਸੌਖੇ। ਬੇਬੇ ਨਾਲੇ ਰਾਤ ਵੀ ਇੱਥੇ ਹੀ ਰਹਿਣਗੇ ਅੱਜ। ਹੈਂ, ਉਹ ਆਪਣਾ ਬਾਈ ਭਲਾ ਰੋਟੀ ਖਾਓਗੇ ਕਿ ਯਾਰ ਪਰੌਂਠੇ? ਰੋਟੀ ਨੂੰ ਤਾਂ ਕੀ ਆ ਯਾਰ, ਪਰੌਂਠੇ ਹੀ ਖਾ ਲਾਂਗੇ ਯਾਰ। ਪੋਲੇ ਹੁੰਦੇ ਨਾ ਮੇਰੇ ਤਾਂ, ਦੰਦ ਵੀ ਨਕਲੀ ਆ। ਪਤੰਦਰਾ ਸਾਰਾ ਕੁਛ ਹੀ ਖੇੜੀ ਫਿਰਦਾ। ਚੰਗਾ ਬੇਬੇ, ਲੈ ਮੈਂ ਇਹਨਾਂ ਵਾਸਤੇ ਲਾਲ ਭਰੀ ਹੁਣੇ ਡੱਬ 'ਚ ਟੰਗ ਕੇ ਲੈ ਕੇ ਆਇਆ, ਤੇ ਤੂੰ ਇਹਨਾਂ ਵਾਸਤੇ ਲਾ ਪਰੌਂਠੇ, ਠੀਕ ਹੈ? ਕਣੀ ਦਾ ਪਸ਼ੂ ਜਾਣਾ ਹੋਵੇ। ਮੂੰਹ ਵੇਖਿਆ ਤਿੰਨਾਂ ਦੇ, ਜਿਵੇਂ 6 ਮਹੀਨਿਆਂ ਪਿੱਛੋਂ ਨਾਲੀ ਚੋਂ ਚਮਚਾ ਕੱਢਿਆ ਹੁੰਦਾ। ਨੀ ਅਥਰੋ, ਜੇ ਇਹਨਾਂ ਨੂੰ ਹੱਥ ਨਾ ਵਿਖਾਇਆ ਤਾਂ ਨਿੱਕੀ ਇੱਥੇ ਖੜੇ ਵਿਆਹ ਕਰਨਗੇ, ਤੇ ਜੇ ਤਾਂ ਇਹਨਾਂ ਨੂੰ ਕੋਈ ਪੂਰਾ ਚਲਿੱਤਰ ਵਿਖਾਉਣੀ ਆ ਤਾਂ ਕਿਤੇ ਮਾਰੀ ਨਾ ਜਾਣ। ਨਹੀਂ, ਅੱਜ ਮੈਂ ਇਹਨਾਂ ਨੂੰ ਕੋਈ ਛੋਟੀ ਜਿਹੀ ਚਲਿੱਤਰੀ ਵਿਖਾਉਣੀ ਆ। ਬੀਬੀ ਜੀ, ਇੱਕ ਨਾ ਗੱਲ ਪੁੱਛਣੀ ਆ ਜੀ। ਹਾਂ, ਪੁੱਛੋ ਪੁੱਤ, ਜੰਮ ਜੰਮ ਕੇ ਪੁੱਛੋ। ਆ ਤੁਸੀਂ ਰੋਟੀ ਤੇ ਘਿਓ ਲਾ ਕੇ ਫਿਰ ਆ ਘੋਟਣੇ ਤੇ ਘਸਾਈ ਜਾਂਦੇ ਹੋ, ਆ ਕੁਛ ਸਮਝ ਨਹੀਂ ਆਇਆ? ਕੁਛ ਨੀ ਪੁੱਤ, ਤੁਸੀਂ ਡਰੋ ਨਾ, ਬੈਠੋ ਪਤਾ ਹੋ ਕੇ ਆਪੇ ਪਤਾ ਲੱਗ ਜੂ ਹੌਲੀ ਹੌਲੀ। ਨਹੀਂ ਬੀਬੀ ਜੀ, ਇਹ ਤਾਂ ਜ਼ਰੂਰ ਦੱਸੋ, ਘੱਟੋ ਘੱਟ ਸਾਡੇ ਗਿਆਨ ਵਿੱਚ ਤਾਂ ਵਾਧਾ ਹੋਊਗਾ। ਗਿਆਨ 'ਚ ਤਾਂ ਪੁੱਤ ਤੁਹਾਡੇ ਇੰਨਾ ਵਾਧਾ ਹੋਣ ਵਾਲਾ ਹੈ ਵੀ ਤੁਸੀਂ ਤਿੰਨੇ ਹੀ ਸਾਧ ਹੋ ਜਾਓਗੇ। ਬੀਬੀ ਜੀ, ਅਸੀਂ ਕੁਛ ਸਮਝੇ ਨਹੀਂ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਬੇ ਪੁੱਤ ਕੀ ਦੱਸਾਂ, ਇਹ ਮੇਰਾ ਮੁੰਡਾ ਨਾ ਜਿਹਨੂੰ ਘਰੇ ਲਿਆਉਂਦਾ, ਪਹਿਲਾਂ ਦਾਰੂ ਪਿਆਉਂਦਾ, ਫਿਰ ਪਰੌਂਠੇ ਖਵਾਉਂਦਾ, ਫਿਰ ਆ ਘੋਟਣਾ ਫੜ ਕੇ ਜਿਹੜਾ ਉਹਦਾ ਹਾਲ ਕਰਦਾ ਨਾ, ਪੁੱਤ ਕੀ ਦੱਸਾਂ, ਬਸ ਮੈਂ ਜਾਣਦੀ ਹਾਂ ਜਾਂ ਰੱਬ ਜਾਣਦਾ। ਵਾਹਿਗੁਰੂ 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 ਵਾਹਿਗੁਰੂ। ਗੱਲ ਸੁਣੋ ਬੇ, ਰੋਟੀ ਤਾਂ ਖਾ ਜਾਓ ਬੇ। ਬੇਬੇ ਬਣ ਗਏ ਪਰੌਂਠੇ ਨਾਲੇ? ਉਹ ਬੇਬੇ
ਮੇਰੇ ਕਲਾਕਾਰ ਯਾਰ ਕਿੱਧਰ ਗਏ? ਥੋੜੀ ਜੀ ਗੱਲ ਤੋਂ ਐਵੇਂ ਉਹਨਾਂ ਨੂੰ ਗੁੱਸੇ ਕਰਤਾ ਤੂੰ? ਆਹ ਹੁਣ ਮੈਨੂੰ ਇਹ ਦੱਸ ਤੂੰ ਕਿੱਥੇ ਕਿਤੇ ਗਏ? ਮੈਂ ਮਨਾ ਕੇ ਲੈ ਕੇ ਆਵਾਂ ਘੋਟਣਾ ਆਹ ਮੈਂ ਘੋਟਣਾ ਦੇ ਕੇ ਮਨਾ ਕੇ ਲੈ ਕੇ ਆਵਾਂ ਇੱਥੇ ਜਾਂਦੇ ਹੋਣਗੇ। ਅਜੇ ਤਾਂ ਅਤਰੋਂ ਨੇ ਮਾੜੀ ਜੀ ਚਲਿੱਤਰੀ ਛੱਡੀ ਹੈ, ਤੂੰ ਵੇਖ ਤਾਂ ਸਹੀ ਅੱਗੇ ਅੱਗੇ ਤੀ ਤਮਾਸ਼ਾ ਹੁੰਦਾ। ਘੋਟਣਾ ਲੈ ਕੇ ਪਤਾ ਨੀ ਕੀ ਕਰੂਗਾ। ਓਏ ਪਾਜਲੋ ਪਾਜਲੋ ਜਾਨ ਬਚਾਓ। ਓ ਮੇਰੀ ਗੱਲ ਸੁਣੋ ਯਾਰ, ਘੋਟਣਾ ਕਿੱਡੀ ਕੁ ਵੱਡੀ ਚੀਜ਼ ਆ ਬਲਾ, ਤੁਸੀਂ ਐਵੇਂ ਰੁੱਸ ਕੇ ਭੱਜਿਆ ਏ ਯਾਰ ਲੋਕ ਘੋਟਣਾ। ਓਏ ਓਏ ਨੀ ਤੂੰ ਸਾਨੂੰ ਫੜ ਸਕਦੀ। ਕਿਤੇ ਸਾਨੂੰ ਵੀ ਛੂ ਲਿਆ ਕਰੋ। ਮੈਂ ਤੈਨੂੰ ਵੀ ਛੂ ਲਾਂਗੇ, ਪਹਿਲਾਂ ਐ ਦੱਸ ਘੋਟਣਾ ਦੇ ਲੈ ਕੀ ਦੀਆਂ ਨੂਣ ਮਿਰਚਾਂ ਕੁੱਟਣ ਚੱਲਿਆ? ਉਹ ਨੂਣ ਮਿਰਚਾਂ ਨਹੀਂ ਰਗੜਨ ਚੱਲਿਆ, ਇਹ ਘੋਟਣਾ ਤਾਂ ਮੈਂ ਚੰਨੀ ਵਾਸਤੇ ਲੈ ਕੇ ਆਇਆ। ਚੰਨੀ ਵਾਸਤੇ? ਆਹੋ, ਇਹਨੇ ਵਿਆਹ ਤੋਂ ਬਾਅਦ ਵੀ ਤਾਂ ਮੈਨੂੰ ਕਹਿਣਾ ਹੀ ਹੈ ਵੀ ਸਰਵਣਾ ਸੱਸ ਕੁੱਟਣੀ, ਇੱਕ ਨਿੰਮ ਦਾ ਘੋਟਣਾ ਲਿਆਈ। ਚੰਗਾ ਨੀ ਚੰਨੀ, ਹੁਣ ਅਸੀਂ ਚੱਲਦੇ ਹਾਂ, ਅਸੀਂ ਨੀ ਬਣਦੀ ਆ ਦਾਲ ਚ ਕੋਕ ਨੂੰ। ਤੇ ਤੁਸੀਂ ਦੋਵੇਂ ਲਾਓ ਪਿਆਰ ਦੀ ਅੱਟੀ ਸੱਟੀ। ਤੂੰ ਤਾਂ ਸ਼ਹਿਰ ਠੇਕੇ ਤੇ ਲੱਗਿਆ ਸੀ, ਉੱਥੇ ਵੀ ਨੀ ਟਿਕਿਆ? ਕਲਾਕਾਰੀ ਦਾ ਜਦ ਤੱਕ ਖਹਿੜਾ ਛੱਡ ਕੇ ਤੂੰ ਕੋਈ ਕੰਮ ਕਰਦੇ ਨਹੀਂ ਨਾ ਲੱਗਦਾ, ਤਦ ਤੱਕ ਕੁਛ ਨੀ ਹੋਣਾ ਆਪਣਾ। ਓ ਚੰਨੀਏ, ਬਸ ਹੁਣ ਤਾਂ ਹੋਰ ਥੋੜੇ ਸਮੇਂ ਨੂੰ ਮੈਂ ਮੁੰਬਈ ਚਲੇ ਜਾਣਾ ਧਰਮਿੰਦਰ ਕੋਲੇ, ਬਸ ਫਿਰ ਤੇਰਾ ਤੇ ਮੇਰਾ ਵਿਆਹ ਹੋ ਜਾਣਾ ਤੇ ਤੇਰੇ ਮਾਮੇ ਨੇ ਤੇਰਾ ਹੱਥ ਮੇਰੇ ਹੱਥ 'ਚ ਐਂ ਫੜਾ ਦੇਣਾ ਜਿਵੇਂ ਕਿਸੇ ਜਵਾਕ ਨੂੰ ਚੀਜੀ ਫੜਾਈ ਦੀ ਹੈ। ਤੇਰੇ ਕੋਲ ਕੁਛ ਨਹੀਂ ਹੋਣਾ, ਸਿਰਫ ਤੇਰੇ ਕੋਲ ਗੱਲਾਂ ਹੀ ਨੇ ਗੱਲਾਂ। ਓ ਚੰਨੀਏ, ਇਹ ਤੇਰੀ ਗੱਲ ਸੁਣ ਲਾ, ਕਹਿੰਦੇ ਆ ਮਰਦ ਨੂੰ ਤਾਨਾ ਤੇ ਲੱਕੜ ਨੂੰ ਫਾਨਾ ਪਾੜ ਕੇ ਰੱਖ ਦਿੰਦੇ ਆ, ਤਾਨੇ ਮੀਣੇ ਜੇ ਨਾ ਮਾਰ ਮੈਨੂੰ, ਜੇ ਕੋਈ ਹੋਰ ਚਾਰਾ ਨਾ ਨਾ ਚੱਲਿਆ ਤਾਂ ਫਿਰ ਮੈਂ ਮਿਰਜ਼ਾ ਬਣ ਕੇ ਦਿਖਾਉਂਗਾ ਮਿਰਜ਼ਾ। ਹਾਂ, ਉਹ ਪੁੰਨੂ ਜਿਵੇਂ ਸਾਹਿਬਾਂ ਨੂੰ ਕੱਢ ਕੇ ਲੈ ਗਿਆ ਸੀ ਤੇ ਰਾਂਝਾ ਜਿਵੇਂ ਲੈਲਾ ਮਜਨੂੰ ਨੂੰ ਕੱਢ ਕੇ ਲੈ ਗਿਆ ਸੀ ਤੇ ਜਿਹੜਾ ਮਿਰਜ਼ਾ ਜਿਵੇਂ ਹੀਰ ਨੂੰ ਕੱਢ ਕੇ ਲੈ ਗਿਆ ਸੀ, ਆਈ ਮੈਂ ਤੈਨੂੰ ਕੱਢ ਕੇ ਲੈ ਜਾਊਂਗਾ। ਵੱਡਾ ਮਿਰਜ਼ਾ ਮੈਨੂੰ ਕੱਢ ਕੇ ਲੈ ਕੇ ਜਾਊਗਾ ਤੇਰੇ ਪਿਓ ਦਾ ਰਾਜਾ? ਤੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿਹੜਾ ਆਸ਼ਿਕ ਕਿਹਨੂੰ ਕੱਢ ਕੇ ਲੈ ਗਿਆ ਸੀ, ਨਾਲੇ ਤੈਨੂੰ ਪਤਾ ਮਿਰਜ਼ੇ ਦੇ ਨਾਲ ਕੀ ਹੋਇਆ ਸੀ? ਓਏ ਉਹ ਮਿਰਜ਼ਾ ਤਾਂ ਐਵੇਂ ਸੁਸਤੀ ਦਾ ਮਾਰਿਆ ਸੀ, ਜਾ ਕੇ ਜੰਡ ਥੱਲੇ ਸੌਂ ਗਿਆ ਮਾਰਿਆ ਗਿਆ। ਤੇਰੇ ਤੇ ਮੇਰੇ ਵਿਚਕਾਰ ਜੇ ਕੋਈ ਆਇਆ ਤਾਂ ਮੈਂ ਆ ਮਾਰ ਮਾਰ ਘੋਟਣੇ ਸਾਲੇ ਦੇ ਚਿੱਪ ਪਾ ਦੂੰ। ਓ ਤੂੰ ਮਾਮੇ ਦੀ ਫਿਕਰ ਨਾ ਕਰ, ਜੇ ਉਹ ਆਇਆ ਉਹਨੇ ਆਕੜ ਫਾਕੜ ਕੀਤੀ ਤਾਂ ਮੈਂ ਉਹਦੀਆਂ ਪੱਟ ਕੇ ਮੁੱਛਾਂ, ਜੇ ਉਹਦੇ ਖੀਚੇ ਨਾ ਪਾਤੀਆਂ ਤਾਂ ਮੇਰਾ ਨਾਮ ਹੀ ਸਰਵਣ ਨੀ। ਓ ਤੂੰ ਵੀਰਾਂ ਦੀ ਪਰਵਾਹ ਨਾ ਕਰ, ਜਿਵੇਂ ਮਿਰਜ਼ੇ ਨੇ ਚੁਣ ਚੁਣ ਕੇ ਮਾਰੇ ਸੀ ਓ ਤੇਰੇ ਵੀਰਾਂ ਨੂੰ ਵੀ ਉਵੇਂ ਹੀ, ਪਹਿਲਾਂ ਮੈਂ ਘੋਟੇ ਲਾਊਂਗਾ ਫਿਰ ਕੁੱਟੂਗਾ ਫਿਰ ਘੜੀਸੂਗਾ। ਸਰਵਣਾ ਹੋਸ਼ ਕਰ, ਸਰਵਣਾ ਹੋਸ਼ ਕਰ। ਓ ਪਹਿਲੀ ਮਾਰੂ ਤੇਰੇ ਮਾਮੇ ਮੁੱਛੜ ਦੇ ਤੇ ਭਣ ਦੂ ਉਹਦੀ ਟੰਗ,
ਦੂਜੀ ਮਾਰੂ ਮੈਂ ਵਿੱਚ ਸਮਾਨ ਦੇ ਨੀ ਜਿੱਥੋਂ ਝੜ ਝੜ ਪੈਣ ਪਤੰਗ ਜਿੱਥੋਂ ਝੜ ਝੜ ਪੈਣ ਕੋਟਨੇ ਨਾਲ ਭਲਾ ਕੀ ਕਰਨਾ ਸੀ ਬਾਈ ਜੀ ਝੂਠ ਨੀ ਮਾਰਦਾ ਮੈਂ ਤੁਹਾਡੇ ਚਿੱਬ ਪਾਉਣੇ ਸੀ ਬਾਈ ਤੇ ਭੈਣਾ ਹੁਣ ਕੀ ਬਣੂ ਬਾਈ ਦਿਸੀ ਜਾਂਦਾ ਜਿਹੜਾ ਕੁਝ ਹੋਣਾ ਬਾਈ ਬਾਈ ਮਾੜੀ ਮੋਟੀ ਮਾਫ਼ੀ ਦੀ ਗੁੰਜਾਇਸ਼ ਹੈਗੀ ਕੋਈ ਜਮਾ ਨੀ ਹੈਗੀ ਇਹ ਤਾਂ ਮੈਨੂੰ ਪਤਾ ਹੀ ਸੀ ਮੈਂ ਤਾਂ ਉਹ ਵੀ ਪੁੱਛ ਲਿਆ ਮੈਨੂੰ ਤਾਂ ਚੰਨੀ ਦੇ ਮਾਮੇ ਜੀ ਉਹਦੇ ਭਰਾ ਵਾਲਾ ਤੈਨੂੰ ਕਿੰਨੇ ਵਾਰਾਂ ਤਾਂ ਆਖਿਆ ਵੀ ਤੂੰ ਚੰਨੀ ਦਾ ਖੇੜਾ ਛੱਡ ਦੇ ਤੇਰਾ ਉਹਦੇ ਨਾਲ ਕੀ ਮੇਲ ਹੈ ਉਹ 50 ਕਿੱਲਿਆਂ ਦੇ ਮਾਲਕ ਆਪਣੇ ਕੋਲ 8-10 ਕਿੱਲੇ ਆ ਤੈਨੂੰ ਮੰਜੇ ਤੇ ਪਾਉਣੀ ਹੈ ਤੂੰ ਇੱਥੇ ਪੈ ਤੇ ਮੈਂ ਕਰਦੀ ਉਹਨਾਂ ਨਾਲ ਜਾ ਕੇ ਗੱਲ ਨਾ ਬੇਬੇ ਤੂੰ ਨਾ ਜਾਈ ਕਸੂਰ ਮੇਰਾ ਹੀ ਹੈ ਬੇਬੇ ਮੈਂ ਉੱਥੇ ਮਿਰਜ਼ਾ ਬਣ ਕੇ ਬੜਕ ਬੜਕ ਮਾਰ ਬੈਠਾ ਬੇਬੇ ਗੱਲ ਸੁਣ ਦੇ ਤੂੰ ਤਾਂ 24 ਘੰਟੇ ਧਰਮਿੰਦਰ ਬਣਿਆ ਰਹਿੰਦੇ ਤੇ ਤੈਥੋਂ ਨਾ ਚਾਰ ਸਰੀਆਂ ਕਰਤੀ ਗੱਲ ਮੈਨੂੰ ਤਾਂ ਉਹਨਾਂ ਨੇ ਆਏ ਨੂਡਲਾਂ ਦੇ ਵਿੱਚ ਝੋਟਾ ਨੱਥਣਾ ਹੁੰਦਾ ਹੈ ਬੇਬੇ ਹਾਂ ਇਹ ਜਿਹੜਾ ਅਸਲੀ ਮਿਰਜ਼ਾ ਸੀਗਾ ਉਹਦੇ ਵੀ ਮੇਰੇ ਵਾਂਗੂ ਜੁੱਤੀਆਂ ਪੈਂਦੀਆਂ ਹੁੰਦੀਆਂ ਸੀ ਮੈਂ ਕਿਉਂ ਨਾ ਪੜ੍ਹਦੀ ਰਹੀ ਹਾਂ ਪਰ ਹਾਂ ਐਂ ਸੁਣਿਆ ਭਾਈ ਵੀ ਮਿਰਜ਼ਾ ਕਹਿੰਦੇ ਨੇ ਬਹਾਦਰ ਬਹੁਤ ਸੀਗਾ ਬਹਾਦਰ ਤਾਂ ਬੇਬੇ ਮੈਂ ਵੀ ਬਹੁਤ ਹਾਂ ਪਰ ਕਰਾਂ ਕੀ ਸਾਲੇ ਆਏ ਜਾਣੇ ਬਾਲੇ ਸੀ ਬੇਬੇ ਹਾਏ ਹੈ ਬੇਬੇ ਹਾਂ ਹੋਰ ਗੱਲਾਂ ਦੀਆਂ ਗੱਲਾਂ ਅੱਜ ਜੱਟਾਂ ਨੇ ਮੈਨੂੰ ਮਾਂਜਿਆ ਵੜਾ ਕਿਉਂ ਇਹ ਜਿਹੀਆਂ ਗੱਲਾਂ ਕਰਦਾ ਮੇਰਾ ਦਿਲ ਡੁੱਬਦਾ ਹੈ ਤੂੰ ਐਂ ਕਰ ਲੈ ਮੰਜੇ ਤੇ ਪਾ ਤੇ ਮੈਂ ਤੇਰੇ ਵਾਸਤੇ ਨਾ ਦੁੱਧ 'ਚ ਹਲਦੀ ਪਾ ਕੇ ਲਿਆਉਣੀ ਪੈਰ ਮੈਂ ਬਸ ਲਿਆਉਣੀ ਹੁਣ ਤਾਂ ਕੁਛ ਪਾਉਂਦੀ ਫਿਰ ਦੁੱਧ 'ਚ ਪੱਤਾ ਬਣਾਉਣਾ ਵੀ ਬਣਾ ਲਿਆ ਬੇਹਸਤੀ ਮੁੱਕੀ ਪਈ ਆ ਮੈਂ ਦੁਕਾਨ ਤੋਂ ਲਿਆ ਮੈਂ ਤੇ ਤੂੰ ਇਸੇ ਤਰ੍ਹਾਂ ਪਿਆ ਰਹੀ ਬਸ ਮੈਂ ਹੁਣੇ ਆਈ ਹਲਦੀ ਕੀ ਲੋੜ ਆ ਬੇਬੇ ਮੈਨੂੰ ਤਾਂ ਅੱਜ ਸਾਰਾ ਕੁਛ ਹੀ ਹਲਦੀ ਰੰਗਾ ਦਿਖੀ ਜਾਂਦਾ ਰੱਬ ਦਾ ਵਾਸਤਾ ਤੁਸੀਂ ਜਾਓ ਹੁਣ ਮੇਰੇ ਹੈਣੀ ਹਿੰਮਤ ਫੋਨ ਫੁੱਟ ਕਰ ਦੀ ਆ ਚੰਨੀ ਵੀ ਮੈਨੂੰ ਬਾਤੇ ਕਰ ਆ ਚੰਨੀ ਵੀ ਮੈਨੂੰ ਉੱਥੇ ਫਸਾ ਕੇ ਆਪ ਬਚ ਜਾਈ ਸੁਣ ਤੂੰ ਵੱਡੇ ਮਿਰਜ਼ਾ ਮੈਂ ਤਾਂ ਸੀ ਕੁੜੀ ਮੈਂ ਤਾਂ ਅਕਸਰ ਨੂੰ ਭੱਜਣਾ ਹੀ ਸੀਗਾ ਨਾਲੇ ਮੈਂ ਤੈਨੂੰ ਬਾਰ ਬਾਰ ਕਹਿੰਦੀ ਰਹੀ ਸੀਗੀ ਕੁੱਤਿਆਂ ਵਾਂਗੂ ਭੌਂਕਦੀ ਰਹੀ ਮਾਮਾ ਵੀਰੇ
ਸਰਵਣਾ ਹੋਸ਼ ਕਰ ਹੋਸ਼ ਕਰ ਪਰ ਤੂੰ ਤੂੰ ਪਿਓ ਦਾ ਪੁੱਤ ਉਸ ਟਾਈਮ ਤਾਂ ਮਿਰਜ਼ਾ ਬਣਿਆ ਖੜਿਆ ਸੀਗਾ ਦੱਬੀ ਤੁਰੀ ਜਾਂਦਾ ਸੀ ਕਿੱਲੀ ਮੇਰੀ ਕੋ ਸਵਾਹ ਮੰਨੀ ਸੀ ਨਾਲੇ ਕੱਲ ਸੁਣ ਘਰ ਆ ਕੇ ਨਾ ਮਾਮੇ ਨੇ ਇੱਕ ਇੱਧਰ ਇੱਕ ਇੱਧਰ ਦੋ ਲੱਫੜ ਮਾਰੇ ਮੇਰੇ ਬਹੁਤ ਦਰਦ ਹੋਇਆ ਇੱਥੇ ਵੀ ਇੱਥੇ ਵੀ ਹੁਣ ਸਾਰੇ ਬੋਲਿਆ ਜੋ ਕੁਛ ਤੂੰ ਬੋਲਣਾ ਸੀਗਾ ਮੈਂ ਧੋਖੇ ਬਾਜ਼ ਆ ਤੂੰ ਕਹਿ ਲਿਆ ਚੰਗਾ ਭੱਜ ਮੈਨੂੰ ਵੀਰਿਆਂ ਤੇਰਿਆਂ ਕੁੱਟਿਆ ਜਿਵੇਂ ਮਿਲਣਾ ਕੁੱਟਦੀਆਂ ਛੱਜ ਥਾਂ ਥਾਂ ਤੋਂ ਨਾ ਭੰਨ ਤੇ ਹੈ ਨੀ ਭੰਨ ਤੇ ਮੇਰੇ ਵੇਖ ਫੁਕਰੀਏ ਹੱਡ ਨੀ ਆਈ ਆਈ ਤੈਨੂੰ ਪੈ ਜੇ ਮੁਰਖ ਕਪੱਤੀਏ ਨੀ ਕਪੱਤੀਏ ਤੇਰੇ ਪਿੰਡ ਤੇ ਹੋਵੇ ਨੀ ਜਲੂਣ ਤੇ ਤੂੰ ਵੀ ਕਰੇ ਆਈ 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 ਹੁਸ਼ਿਆਰੀ ਲਾਲ ਲੋਧਾ ਵੀ ਅੱਜ ਭਲਕ ਚਾਉਣ ਵਾਲਾ ਹੀ ਹੈ ਉਹ ਆਂਦਾ ਸੀਗਾ ਵੀ ਬੰਦੇ ਦੀ ਫੋਕੀ ਟੌਰ ਹੋਣੀ ਚਾਹੀਦੀ ਹੈ ਤੇ ਕੁੱਲੀ ਚ ਭਾਵੇਂ ਕੱਖ ਨਾ ਹੋਵੇ ਉਹ ਕਹਿੰਦਾ ਸੀ ਕੱਪੜੇ ਜੈਂਕੀ ਸਵਾਲੀ ਤੇ ਇੱਕ ਵਧੀਆ ਜਿਹਾ ਲੈ ਲਈ ਮੋਬਾਈਲ ਤੇ ਇਸ ਕੰਮ ਵਾਸਤੇ ਬਾਪੂ ਘੱਟੋ ਘੱਟ 20-25,000 ਰੁਪਈਆ ਚਾਹੀਦਾ ਤੇ ਆੜਤੀਏ ਨੂੰ ਮੈਂ ਪੁੱਛਿਆ ਸੀਗਾ ਉਹ ਕਹਿੰਦਾ ਬਈ ਹੁਣ ਭਾਈ ਤੁਸੀਂ ਉਦੋਂ ਆਇਓ ਜਦੋਂ ਫਸਲ ਲੈ ਕੇ ਆਓਗੇ ਮੇਰੇ ਤਨ ਤੇ ਕੱਲੇ ਕੱਪੜੇ ਰਹਿ ਗਏ ਨੇ ਇਹ ਵੀ ਲੋੜ ਦੇ ਲਾਲਾ ਮੇਰੇ ਹੰਦੇ ਕੱਪੜੇ ਲਾਉਣ ਨੂੰ ਪਾਈ ਰੱਖ ਮੈਨੂੰ ਪਤਾ ਜਿਹੜਾ ਕੁਛ ਇਹਦੇ ਵਿੱਚ ਦਾ ਕੰਮ ਹੀ ਨਹੀਂ ਨਿਕਲਣਾ ਮੈਂ ਤਾਂ ਥਮਲੇ ਵਰਗਾ ਪਿਆ ਸੀ ਤੁਸਾਂ ਮਾਂ ਪੁੱਤਾਂ ਨੇ ਐਸਾ ਕਥਾਇਆ ਕਰੰਗ ਵੀ ਹੋਇਆ ਤੇ ਨੰਗ ਵੀ ਹੋ ਗਿਆ ਉਹ ਬੇਬੇ ਆ ਤੁਸੀਂ ਲੀਡਰਾਂ ਵਾਂਗੂ ਨਾ ਆਪ ਲੜਨ ਲੱਗ ਗਏ ਹੋ ਉਹ ਮੇਰੀ ਵਰਗੀ ਜਨਤਾ ਬਾਰੇ ਵੀ ਕੁਛ ਸੋਚੋ ਸੋਚ ਲਿਆ ਭਾਈ ਤੂੰ ਮੇਰੇ ਗਹਿਣੇ ਲੈ ਜਾ ਤੇ ਕੋਟਕਪੂਰੇ ਜਾ ਉੱਥੇ ਲੰਡਿਆਂ ਵਾਲਾ ਬਾਬੂ ਸੁਨਿਆ ਰਹਿਣਾ ਉਹਨੂੰ ਜਾ ਕੇ ਵੇਚ ਉਹਨੂੰ ਤਾਂ ਮੈਂ ਵੇਚ ਆਊਂਗਾ ਪਰ ਮੈਂ ਤਾਂ ਉੱਥੇ ਕਿਤੇ ਗਿਆ ਨੀ ਤੇ ਜੇ ਉਹਨਾਂ ਨੇ ਨਾ ਲਏ ਫੇਰ
तू मेरा नाम ले दी नी मासुरा दा मुंडा जे तैन दुध च पत्ती पा के ना प्यावे ना तां मेरा नाम बदल दी मैं कुमारी हुंदी नी जांदी रही अच्छा ਮੈਨੂੰ ਨਹੀਂ ਸੀ ਪਤਾ ਕਿ ਤੇਰਾ ਲਿਆਜ ਲੰਡਿਆਂ ਵਾਲੇ ਸੁਨਿਆਰੇ ਨਾਲ ਆ ਤੇ ਜੇ ਇੰਨਾ ਹੀ ਲਿਆਜ ਸੀ ਤੇ ਵਿਆਹ ਵੀ ਬਾਊ ਸਿੰਘ ਲੰਡਿਆਲੇ ਨਾਲ ਕਰ ਲੈਣਾ ਸੀ ਉਹ ਤਾਂ ਤਿਆਰ ਸੀ ਮੈਂ ਵੀ ਤਿਆਰ ਸਾਂ ਉਹ ਤਾਂ ਵਿਚੋਲਣ ਨੇ ਤੇਰੀ ਦਸ ਪਾਤੀ ਸੜਕੇ ਮੇਰੇ ਭਾਵ ਵਿਚਾਰਾ ਬਾਊ ਸਿੰਘ ਲੰਡਿਆਲੇ ਨੇ ਤੇਰੇ ਨਾਲ ਵਿਆਹ ਕਰਾ ਕੇ ਕਿਹੜਾ ਤਰ ਜਾਣਾ ਸੀ ਲੜੇ ਹੁਣ ਕੀ ਵਿਗੜਿਆ ਹੁਣ ਜਾਂਦੀ ਰਹੋ ਜਾਂਦੀ ਰਹੂੰਗੀ ਉਹ ਕਿਹੜਾ ਮੈਨੂੰ ਜਵਾਬ ਦਿੰਦਾ ਹੁਣ ਵੀ ਮੈਨੂੰ ਰੱਖ ਲੂਗਾ ਲੰਡਿਆਂ ਵਾਲਾ ਬੇਬੇ ਰੱਬ ਦਾ ਵਾਸਤਾ ਹੋਇਆ ਦੁਨੀਆਂ ਦਾ ਮਹਾਭਾਰਤ ਬੰਦ ਕਰੋ ਧਰਮਿੰਦਰ ਨਾਲ ਜਿਹੜਾ ਮੈਨੂੰ ਕੰਮ ਦਵਾਉਣਾ ਫਿਲਮ ਚ ਹੁਸ਼ਿਆਰੀ ਲਾਲ ਲੋਧੇ ਨੇ ਉਹਦੀ ਕੋਈ ਖਬਰ ਲੱਗੀ ਹੈ ਹੁਸ਼ਿਆਰੀ ਲਾਲ ਲੋਧਾ ਹੀ ਤਾਂ ਸਾਰਿਆਂ ਨੂੰ ਲੋਧੇ ਲਾ ਗਿਆ ਓਏ ਖੜੇ ਕੀ ਬੁਝਾਰਤਾ ਪਾਈ ਜਾਂਦੇ ਹੋ ਜਿਹੜੀ ਗੱਲ ਆ ਖੁੱਲ ਕੇ ਦੱਸੋ ਓਏ ਤੋਤੀ ਓਏ ਤੂੰ ਹੀ ਦੱਸ ਯਾਰ ਬਾਈ ਜਿਹੜਾ ਆਪਾਂ ਹੁਸ਼ਿਆਰੀ ਲਾਲ ਲੋਧੇ ਨੂੰ ਪੂਰਾ 5 ਲੱਖ ਰੁਪਇਆ ਦੇ ਕੇ ਆਏ ਸੀਗੇ ਨਾ ਉਹਨਾਂ ਲੋਕਾਂ ਦਾ ਪੂਰਾ 1 ਕਰੋੜ ਰੁਪਇਆ ਨਾ ਲੈ ਕੇ ਫਰਾਰ ਹੋ ਗਿਆ ਨਾਲੇ ਅਖਬਾਰ 'ਚ ਨਾ ਇਹ ਵੀ ਲਿਖਿਆ ਵੀ 40-50 ਮੁੰਡੇ ਕੁੜੀਆਂ ਨੂੰ ਐਕਟਰ ਬਣਾਉਣ ਦਾ ਝਾਂਸਾ ਦਿੱਤਾ ਸੀਗਾ ਉਹਨੇ ਤੇ ਜਿਹੜਾ ਉਹਨੇ ਐਡਾ ਸ਼ਾਨਦਾਰ ਦਫ਼ਤਰ ਬਣਾਇਆ ਸੀ ਨਾ ਉਹਦਾ ਸਾਰਾ ਸਮਾਨ ਕਿਰਾਏ ਦਾ ਸੀ ਤੇ ਅਖਬਾਰ 'ਚ ਇਹ ਵੀ ਲਿਖਿਆ ਵੀ ਆਪ ਹੁਣ ਬਾਹਰਲੇ ਮੁਲਕ ਦੌੜ ਗਿਆ ਬੇ ਨਹੀਂ ਬੇ ਉਹ ਬਾਹਰ ਅੰਗਰੇਜ਼ੀ ਫਿਲਮਾਂ 'ਚ ਕੰਮ ਕਰਾਊਗਾ ਇਹ ਤੋਂ ਉਹ ਚਾਚੀ ਉਹ ਘਪਲਾ ਕਰਕੇ ਭੱਜਿਆ ਆਪਣੇ ਨਾਲ ਠੱਗੀ ਮਾਰ ਕੇ ਗਿਆ ਉਹ ਤੇ ਫਿਰ ਆਪਾਂ ਐਂ ਕਰਦੇ ਹਾਂ ਚਲੋ ਉੱਥੇ ਕੁਰਸੀਆਂ ਮੇਜ ਪੱਖੇ ਤੇ ਉਹ ਜਿਹੜੀ ਠੰਡੀ ਹਵਾ ਵਾਲੀ ਮਸ਼ੀਨ ਹੁੰਦੀ ਹੈ ਉਹ ਵੀ ਲਾ ਲਿਆਉਣੀ ਹੈ ਛੇਕੜ ਜਾਂਦੇ ਚੋਰ ਦੀ ਪੱਗ ਹੀ ਸਹੀ ਓਏ ਚਾਚੀ ਓਏ ਦੱਸੀ ਤਾਂ ਜਾਂਦਾ ਵੀ ਸਾਰਾ ਸਮਾਨ ਕਿਰਾਏ ਦਾ ਸੀ ਲੈ ਗਏ ਹੋਣੇ ਆ ਚੰਗਾ ਬਈ ਸਰਵਣਾ ਅਸੀਂ ਤਾਂ ਚੱਲਦੇ ਹਾਂ ਕਿਸ਼ਤਾਂ ਪੂਰੀਆਂ ਨਹੀਂ ਹੋਈਆਂ ਜੱਟ ਦੇ ਘਰ ਦੀ ਸ਼ਾਨ ਹੁੰਦਾ ਟਰੈਕਟਰ ਇੰਨਾ ਕੁਝ ਗਵਾ ਕੇ ਤੈਨੂੰ ਅਕਲ ਨਹੀਂ ਆਈ ਜੇ ਅਕਲ ਆਈ ਹੈ ਤਾਂ ਹੀ ਤਾਂ ਖੇਤਾਂ ਨੂੰ ਚੱਲਿਆ ਬਾਪੂ ਖੇਤਾਂ ਨੂੰ ਕੰਮ ਕਰ ਪੁੱਤਰ ਹਾਂ ਬਾਪੂ ਵੱਡਾ ਬਾਪੂ ਕਹਿੰਦਾ ਹੁੰਦਾ ਸੀ ਕਿ ਕਦੇ ਵੀ ਕਿਸੇ ਨੂੰ ਅਕਲ ਦਿੱਤੇ ਅਕਲ ਨਹੀਂ ਆਉਂਦੀ ਜਦ ਤੱਕ ਬੰਦੇ ਦੀ ਅੰਤਰ ਆਤਮਾ ਤੇ ਸੱਟ ਨਾ ਵੱਜੇ ਉਹਨੂੰ ਠੋਕਰ ਨਾ ਲੱਗੇ ਗਲਤ ਕੀ ਹੈ ਸਹੀ ਕੀ ਹੈ ਪਤਾ ਨਹੀਂ ਲੱਗਦਾ ਬਸ ਤੂੰ ਹੁਣ ਘਰੇ ਆਰਾਮ ਕਰ ਬਾਪੂ ਬਾਕੀ ਕੰਮ ਮੇਰੇ ਤੇ ਛੱਡ ਦੇ ਹੁਣ ਵੀ ਆਪਾਂ ਦੋਵੇਂ ਕੱਲੇ ਹੀ ਹੈ
ਚੜ ਗਿਆ ਉਤਰ ਗਿਆ, ਚੜ ਗਿਆ ਉਤਰ ਗਿਆ, ਦਿਨ ਰਾਤ ਸੋਹਣੇ ਲਈ ਜਾਈ ਤੇ ਮੈਂ ਚੰਦੋਰ ਤੇ ਬੈਠੇ ਨੂੰ ਤੈਨੂੰ ਚਾਹ ਰੋਟੀ ਫੜਾ ਜਾ ਕਰੂੰਗੀ। ਇਹ ਮੁੰਡਾ ਖੇਤ ਗਿਆ, ਮੈਂ ਜਾ ਕੇ ਵੇਖਣਾ ਹੈ ਵੀ ਉਹ ਕਿਵੇਂ ਕੰਮ ਕਰਦਾ ਹੈ, ਸਮਝ ਗਏ? ਤੇਰਾ ਲੱਕ ਨਾ ਮਰੋੜਾ ਖਾ ਜਾਵੇ, ਨੀ ਪੱਤਾ ਲੈ ਕੇ ਆਉਣ ਵਾਲੀ ਏ, ਨੀ ਵੱਟੋ ਵਾਟੇ ਆਉਣ ਵਾਲੀ ਏ, ਨੀ ਵੱਟੋ ਵਾਟੇ ਆਉਣ ਵਾਲੀ ਏ, ਨੀ ਜਿੰਦੇ ਮੇਰੀ ਏ। ਕਿੰਨਾ ਸੋਹਣਾ ਲੱਗਦਾ ਸਰਵਣਾ ਖੇਤਾਂ 'ਚ ਕੰਮ ਕਰਦਾ ਹੋਇਆ, ਨਜ਼ਰ ਨਾ ਲੱਗ ਜੇ ਤੈਨੂੰ। ਸੋਹਣੀ ਤਾਂ ਅੱਜ ਤੂੰ ਵੀ ਬਹੁਤ ਲੱਗਦੀਆਂ ਚੰਨੀਏ। ਸੱਚੀ? ਪਰ ਮੈਂ ਜਿਹੜਾ ਮਾੜਾ ਮੋਟਾ ਸੋਹਣਾ ਹੈਗਾ ਨਾ, ਮੈਂ ਉਹਦੇ ਤੋਂ ਵੀ ਹੱਥ ਧੋ ਬੈਠਣੇ ਆ, ਮੇਰਾ ਚਿਹਰਾ ਵਿਗਾੜ ਦੇਣਗੇ। ਕੌਣ? ਤੇਰੇ ਮਾਮੇ ਤੇ ਤੇਰੇ ਭਰਾ, ਹੋਰ ਕੌਣ। ਤੂੰ ਤਾਂ ਬਾਈ 21ਵੀਂ ਸਦੀ ਦੀ ਮਸ਼ੂਕ ਹੈ, ਤੂੰ ਤਾਂ ਭੱਜ ਜਾਏਗੀ ਤੇ ਰਹਿ ਜਾਣਾ ਮੈਂ ਇਕੱਲੇ ਨੇ। ਉਹ ਤਾਂ ਸਮਾਂ ਹੀ ਦੱਸੂਗਾ। ਸਮਾਂ? ਚੰਨੀਏ ਮੇਰੀਆਂ ਤਾਂ ਪਹਿਲੀਆਂ ਸੱਟਾਂ ਹੀ ਨੀ ਠੀਕ ਹੋਈਆਂ। ਬੋਲ ਹੁਣ, ਉਦੋਂ ਤਾਂ ਪੱਤਾ ਲੈ ਕੇ ਆਏ ਆ ਗਈ ਸੀ ਜਿਵੇਂ ਫੂਲਣ ਦੇਵੀ ਹੁੰਦੀ ਆ, ਕਿਤੇ ਠੂਹਾ ਲੜ ਗਿਆ। ਬੋਲ ਕੁਛ, ਚੁੱਪ ਕਰ ਜਾ, ਬੋਲਦੀ ਆ, ਚੁੱਪ ਕਰ, ਖੜਾ ਹੋ ਜਾ। ਦੇਖੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਆ, ਮੈਂ ਮੈਂ ਸਰਵਣ ਨੂੰ ਪਿਆਰ ਕਰਦੀ ਹਾਂ ਤੇ ਸਰਵਣ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ। ਅਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਹੈਗੇ। ਅਸੀਂ ਦੋਹਾਂ ਜਾਣਿਆਂ ਨੇ ਇਕੱਠੇ ਇਕੱਠੇ ਰਹਿਣ ਦਾ, ਇਕੱਠੇ ਜਿਉਣ ਤੇ ਮਰਨ ਦਾ ਫੈਸਲਾ ਕਰ ਲਿਆ ਆ। ਜੇ ਤੁਸੀਂ ਸਾਡੇ ਦੋਵਾਂ ਦਾ ਵਿਆਹ ਨਹੀਂ ਨਾ ਕੀਤਾ ਤਾਂ ਅਸੀਂ ਦੋਵੇਂ ਪਾਗਲ ਹੋ ਕੇ ਮਰ ਜਾਵਾਂਗੇ। ਇਸ ਕਰਕੇ ਤੁਸੀਂ ਸਾਰੇ ਜਾਣੇ ਨਾ ਸਾਡਾ ਦੋਵਾਂ ਦਾ ਵਿਆਹ ਕਰ ਦੋ। ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ, ਸ਼ੁਭ ਚਿੰਤਕ ਹੋਵਾਂਗੇ। ਸਰਵਨ ਸਿੰਘ ਤੇ ਚਰਨਜੀਤ ਕੌਰ ਚੰਨੀ, ਮਿਤੀ 15/1/2008। ਅਸੀਂ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਾਂ। ਜੇ ਤੁਸੀਂ ਸਾਡਾ ਦੋਹਾਂ ਦਾ ਵਿਆਹ ਨਾ ਕੀਤਾ ਤਾਂ ਅਸੀਂ ਬਾਲਗ ਹੈ, ਅਸੀਂ ਘਰੋਂ ਭੱਜ ਕੇ ਵਿਆਹ ਕਰਾ ਲਾਂਗੇ। ਭੱਜ ਜਾਂਗੇ। ਤੇ ਜੇ ਕਿਸੇ ਨੇ ਸਾਡੇ ਪਿਆਰ 'ਚ ਲੱਤ ਅੜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਦੀ ਲੱਤ ਲਾ ਦੂੰਗਾ। ਇਹਨੂੰ ਖੋਖੀ ਧਮਕੀ ਨਾ ਸਮਝਿਆ ਜਾਵੇ। ਇੰਨੀ ਗੱਲ ਕਹਿਣ ਦੇ ਵਿੱਚ ਜੇ ਕੋਈ ਊਣਤਾ ਹੀ ਰਹਿ ਗਈ ਹੋਵੇ ਤਾਂ ਮੈਂ ਮਾਫ਼ੀ ਚਾਹੁੰਦਾ ਹਾਂ, ਖਿਮਾ ਦਾ ਇਜਾਜ਼ਤ ਹੈ। ਧੰਨਵਾਦ ਜੀ। ਹੱਸਦਾ ਕਿਉਂ ਨਹੀਂ? ਤੇਰੇ ਮੂੰਹ ਤੇ ਜਿੱਪ ਲੱਗੀ ਆ। ਹੱਸਦੇ ਵੀ ਲੱਗਦੀਏ, ਸ਼ੋਲੇ ਫਿਲਮ ਚ ਗੱਬਰ ਸਿੰਘ ਵੀ ਇਹਨਾਂ ਵਾਂਗੂ ਹੀ ਹੱਸਿਆ ਸੀ।
ਉਹਨੇ ਤਿੰਨਾਂ ਜਾਣੇ ਨੂੰ ਚੋਪੜ ਕੇ ਰੱਖਦਾ ਸੀ। ਮੈਨੂੰ ਲੱਗਦਾ ਆਪਣੇ ਨਾਲ ਵੀ ਕਿਤੇ ਇਹੀ ਬਦਾਕੜੀਆਂ ਨਾ ਲਾ ਦੇਣ। ਘਬਰਾਓ ਨਾ ਪੁੱਤਰੋ, ਅਸੀਂ ਤੁਹਾਨੂੰ ਕੁੱਟਣ ਜਾਂ ਵਿਛੋੜਨ ਵਾਸਤੇ ਨਹੀਂ ਆਏ, ਅਸੀਂ ਤਾਂ ਤੁਹਾਨੂੰ ਮਿਲਾਉਣ ਵਾਸਤੇ ਆਏ ਹਾਂ। ਪੁੱਤਰਾ, ਤੂੰ ਤੇ ਤੇਰਾ ਪਰਿਵਾਰ ਮੈਨੂੰ ਬਹੁਤ ਪਸੰਦ ਸੀ, ਪਰ ਜਿਹੜਾ ਤੇਰੇ ਦਿਮਾਗ 'ਚ ਫਿਲਮੀ ਕੀੜਾ ਸੀ ਉਹਨੇ ਮੇਰੀ ਪੇਸ਼ ਨਹੀਂ ਜਾਣ ਦਿੱਤੀ। ਪੁੱਤਰਾ, ਹੁਣ ਆਇਆ ਅੰਨੀ ਜਗ੍ਹਾ, ਇੰਨਾ ਚਿਰ ਤੂੰ ਧਰਮਿੰਦਰ ਨੂੰ ਸਿਰ ਤੇ ਚੁੱਕੀ ਫਿਰਦਾ ਰਿਹਾ। ਜਿਵੇਂ ਸਿਆਣੇ ਆਦੇ ਹੁੰਦੇ ਆ, ਔਰਤ ਪੁੱਤ ਪਸੰਦ ਆ ਮੈਨੂੰ ਹੱਟੀ ਬਹਿਣਾ, ਹੁਣ ਮੈਂ ਕੋਈ ਚੰਗਾ ਜਿਹਾ ਦਿਨ ਵੇਖ ਕੇ ਪੁੱਤ ਤੁਹਾਡਾ ਵਿਆਹ ਰੱਖ ਹੀ ਦੇਣਾ। ਵੀ ਸਰਵਣਾ, ਸਾਡੇ ਪੈਰੀ ਹੱਥ ਲਾ। ਜਾਓ, ਪਹਿਲਾਂ ਜਾ ਕੇ ਨਾ ਛੱਪੜ ਤੇ ਪੈਰ ਧੋ ਕੇ ਆਓ। ਅੱਛਾ ਜੀ, ਤੇ ਹੁਣ ਅਸੀਂ ਛੱਪੜ ਤੇ ਜਾਈਏ। ਵੀ ਅਸੀਂ ਵਿਚੋਲੇ ਆ ਵਿਚੋਲੇ, ਜੇ ਅਸੀਂ ਨਾ ਹੁੰਦੀਆਂ ਨਾ ਤਾਂ ਹੁਣ ਤੱਕ ਸਭ ਨੂੰ ਖੇਰੂ ਖੇਰੂ ਹੋ ਜਾਣਾ ਸੀ। ਦੇਖੋ ਜੀ, ਵਿਚੋਲੇ ਦਾ ਕੰਮ ਹੁੰਦਾ ਹੈ ਟੋਚਣ ਪਾਉਣਾ, ਤੇ ਜਦੋਂ ਟੋਚਣ ਪੈ ਜੇ ਫਿਰ ਵਿਚੋਲੇ ਦੇ ਪੱਲੇ ਨੀ ਕੱਖ, ਤੇ ਮਾਰੋ ਵਿਚੋਲੇ ਦੇ ਲੱਤ। ਧਰਮਿੰਦਰ ਦੀ ਫਿਲਮ ਲੱਗੀ ਆ, ਚੱਲੀਏ। ਚੱਲ ਆ। ਓਏ, ਤੁਸੀਂ ਦੋਵਾਂ ਜਣਿਆਂ ਨੇ ਕਿੱਧਰ ਮੂੰਹ ਚੱਕ ਲਿਆ? ਸਾਲਿਆ ਫਿਰ ਆਈ ਜਾਂ ਆਪਣੇ ਲੱਛਣਾਂ ਦੇ, ਐਡੀ ਛੇਤੀ ਭੁੱਲ ਗਏ ਆਪਣਾ ਕੀਤਾ ਵਾਦਾ। ਬਾਪੂ, ਇਹ ਜਿਹੜਾ ਕਲਾਕਾਰੀ ਦਾ ਕੀੜਾ ਨਾ, ਇਹ ਪਿਓਰ ਪਲਾਸਟਿਕ ਦਾ ਕੀੜਾ, ਨਾ ਇਹ ਗਲਦਾ ਤੇ ਨਾ ਇਹ ਸੜਦਾ, ਤੇ ਜੇ ਮਰਦਾ ਤਾਂ ਫਿਰ ਪੌਣੇ 9 ਮਣ ਲੱਕੜਾਂ ਨਾਲ ਹੀ ਮਰਦਾ। ਮੈਂ ਕਲਾਕਾਰੀ ਦਾ ਭੂਤ ਸਿਰ ਉਤਾਰਨ ਦਾ ਵਾਅਦਾ ਕੀਤਾ ਸੀ, ਇਹ ਵਾਅਦਾ ਤਾਂ ਨਹੀਂ ਕੀਤਾ ਸੀ ਕਿ ਮੈਂ ਆਪਣੇ ਉਸਤਾਦ ਧਰਮਿੰਦਰ ਦੀਆਂ ਫਿਲਮਾਂ ਦੇਖਣੀਆਂ ਛੱਡ ਦੂੰਗਾ। ਚੱਲ ਚੱਲੀਏ, ਚੱਲ ਆ। ਅਗਰ ਕਿਸੀ ਨੇ ਹਮੇ ਰੋਕਨੇ ਕੀ ਕੋਸ਼ਿਸ਼ ਕੀ ਤੋ ਮੈਂ ਉਸਕਾ ਖੂਨ ਪੀ ਜਾਊਂਗਾ, ਮੈਂ ਉਸੇ ਦਫਨ ਕਰ ਦੂੰਗਾ, ਜ਼ੇਰੇ ਕਫਨ ਕਰ ਦੂੰਗਾ। ਹਾਂ, ਸੈਂਸਰ ਕੱਟ ਦੂ। ਪਤੰਦਰ ਬਾਹਰ ਹੋਵੇ ਜਾਂ ਅੰਦਰ, ਮਾਂ ਦਾ ਧਰਮਿੰਦਰ ਰਹਿੰਦਾ ਸਦਾ ਮਸਤ ਕਲੰਦਰ, ਸੋਚਾਂ ਵਿੱਚ ਰਹੇ ਪਤੰਦਰ ਬਾਹਰ ਹੋਵੇ ਜਾਂ ਅੰਦਰ, ਮਾਂ ਦਾ ਧਰਮਿੰਦਰ।